ਸਤਿ ਸ੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰ ਤੇ ਨਜ਼ਰ ਵਿਦ ਡਾਕਟਰ ਹਰਜਿੰਦਰ ਸਿੰਘ ਵਾਲੀਆ ਸ਼ੋਅ ਦੇ ਵਿੱਚ ਮੈਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਜੀ, ਬਹੁਤ ਸਵਾਗਤ ਹੈ ਜੀ ਆਪ ਜੀ ਦਾ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ ਜੀ, ਸਭ ਤੋਂ ਪਹਿਲੀ ਅੱਜ ਖਬਰ ਲਈਏ ਤਾਂ ਜਲੰਧਰ ਦੇ ਜੰਮਪਲ ਕਰਮਵੀਰ ਸਿੰਘ ਜੋ ਹਿੰਦੁਸਤਾਨ ਦੀ ਜਲ ਸੈਨਾ ਦੇ ਅਗਲੇ ਮੁਖੀ ਹੋਣਗੇ। ਜੀ, ਜਿਹੜੇ ਅੱਜ ਕੱਲ੍ਹ ਜਲ ਸੈਨਾ ਦੇ ਮੁਖੀ ਨੇ ਸ਼੍ਰੀ ਲਾਂਬਾ ਜੀ, ਜੀ 31 ਤਰੀਕ ਨੂੰ ਉਹ ਰਿਟਾਇਰ ਹੋਣਗੇ ਮਈ 'ਚ, ਅਤੇ ਉਦੋਂ ਬਾਅਦ ਨੰਬਰ ਆਉਂਦਾ ਸੀ ਇੱਕ ਹੋਰ ਬੰਦੇ ਦਾ, ਲੇਕਿਨ ਸਰਕਾਰ ਨੇ ਇਹਨਾਂ ਨੂੰ ਚੁਣਿਆ ਕਰਮਵੀਰ ਸਿੰਘ ਨੂੰ, ਅਤੇ ਚੰਗੀ ਗੱਲ ਹੈ। ਜਲ ਸੈਨਾ ਦਾ ਮੁਖੀ, ਹਵਾਈ ਸੈਨਾ ਦਾ ਮੁਖੀ ਔਰ ਆਰਮੀ ਚੀਫ, ਜੀ ਇਹ ਜਦੋਂ ਵੀ ਬਣਦਾ ਪੰਜਾਬ 'ਚੋਂ ਅਤੇ ਖਾਸ ਤੌਰ 'ਤੇ ਸਿੱਖਾਂ ਦੇ ਵਿੱਚੋਂ, ਅਤੇ ਖਾਸ ਕਿਸਮ ਦੀ ਤਸੱਲੀ ਅਤੇ ਖੁਸ਼ੀ ਜ਼ਰੂਰ ਹੁੰਦੀ ਹੈ। ਜੀ, ਤੋ ਕਰਮਵੀਰ ਦੇ ਬਣ ਨਾਲ ਖੁਸ਼ੀ ਹੈ, ਆਸ ਕਰੀਏ ਕਿ ਚੰਗਾ ਕੰਮ ਕਰਨਗੇ। ਜੀ ਡਾਕਟਰ ਸਾਹਿਬ, ਕੱਲ੍ਹ ਖਟਕੜ ਕਲਾਂ ਵਿਖੇ ਸਿਆਸੀ ਕਾਨਫਰੰਸਾਂ ਵਿੱਚ ਨੇਤਾਵਾਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਕਾਂਗਰਸ ਸਰਕਾਰ ਵੱਲੋਂ ਵੀ ਜੋ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਪਹੁੰਚੇ, ਉਹਨਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਸਾਨੂੰ ਯਾਦ ਰੱਖਣੀ ਚਾਹੀਦੀ ਹੈ। ਬਿਲਕੁਲ ਜੀ, ਇਹ ਤਾਂ ਹੁਣ 23 ਮਾਰਚ ਨੂੰ ਤਾਂ ਸਾਰੇ ਪਹੁੰਚਦੇ ਨੇ, ਬਿਲਕੁਲ ਪੱਗਾਂ ਵੀ ਪੀਲੀਆਂ ਬਣਦੇ ਨੇ, ਜੀ ਕੇਸਰੀ ਪੱਗਾਂ ਬੰਨ ਕੇ ਜਾਂਦੇ ਨੇ, ਬਹੁਤ ਕੁਛ ਹੁੰਦਾ। ਕਈ ਤਾਂ ਪਾਰਟੀਆਂ ਵੀ ਖਟਕੜ ਕਲਾਂ ਬਣੀਆਂ ਜਾ ਕੇ, ਉਦੋਂ ਬਾਅਦ ਕੀ ਬਣਿਆ, ਉਹ ਪਾਰਟੀਆਂ ਦੇ ਲੀਡਰ ਹੁਣ ਵਿੱਤ ਮੰਤਰੀ ਬਣੇ ਬੈਠੇ ਨੇ, ਜਦੋਂ ਉਹਨਾਂ ਨੇ ਜਿਹੜੀ ਇਹ ਕੁਛ ਕੀਤਾ ਸੀ। ਭਗਵੰਤ ਮਾਨ ਵੀ ਇੱਥੇ ਸੀ, ਉਦੋਂ ਵੀ ਨਾਲ ਸੀ, ਉਦੋਂ ਬਾਅਦ ਵੀ ਨਾਲ ਸੀ। ਸੋ ਇਹ ਸਭ ਕੁਛ ਪਤਾ ਹੈ ਕਿ ਸ਼ਹੀਦਾਂ ਦੇ ਨਾਂ 'ਤੇ ਸਿਆਸਤ, ਭਾਵੇਂ ਉਹ ਕੋਈ ਵੀ ਸ਼ਹੀਦ ਹੋਵੇ, ਔਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਵਾਲੇ ਉਹ ਵੀ ਕੱਲ੍ਹ ਉੱਥੇ ਖੜ੍ਹੇ ਸੀ, ਉਹ ਵੀ ਉੱਥੇ ਮੰਗ ਕਰ ਰਹੇ ਸੀ, ਅਤੇ ਦੂਜੇ ਪਾਸੇ ਸਾਰੀਆਂ ਪਾਰਟੀਆਂ ਵੀ ਉੱਥੇ ਆਪਦੇ ਆਪਦੇ ਲੀਡਰ, ਕੋਈ ਪਿੱਛੇ ਨਹੀਂ। ਇਸ ਦਿਨ ਤਾਂ ਕੋਈ ਪਿੱਛੇ ਨਹੀਂ ਹੁੰਦਾ, ਕੋਈ ਇੱਥੇ ਜਾਂਦਾ ਖਟਕੜ ਕਲਾਂ, ਕੋਈ ਹਸੈਨੀ ਵਾਲਾ ਜਾ ਰਿਹਾ, ਅਤੇ ਨਹੀਂ ਜੇ ਕਿਤੇ ਵੀ ਨਹੀਂ ਕੋਈ ਆਪਣੇ ਬੈਠਾ ਬਿਆਨ ਦਾਗ ਰਿਹਾ। ਬਿਲਕੁਲ, ਤਾਂ ਜਿਹੋ ਜਿਹਾ ਮਰਜ਼ੀ ਹੈ, ਜਿਵੇਂ ਮਰਜ਼ੀ ਹੈ, ਭਗਤ ਜਿਹੜੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੈ ਕੇ ਵੀ ਇੱਕ ਧਾਰਾ ਐਸੀ ਹੈ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ। ਪਿੰਡਾਂ ਦੇ ਵਿੱਚ ਵੀ ਜਾਂਦੇ ਨੇ ਲੋਕ, ਨੁੱਕੜ ਨਾਟਕ ਵੀ ਹੁੰਦੇ ਨੇ, ਔਰ ਕਿਤਾਬਾਂ ਵੀ ਜਿਹੜੇ ਹੈ ਉਹ ਲੋਕ ਪੜ੍ਹਨ ਲੱਗੇ ਨੇ, ਔਰ ਰਿਸਰਚ ਵੀ ਹੋ ਰਹੀ ਹੈ ਸ਼ਹੀਦ ਭਗਤ ਸਿੰਘ 'ਤੇ, ਤਾਂ ਸਪੈਸ਼ਲ ਪ੍ਰੋਗਰਾਮ ਵੀ ਹੁੰਦੇ ਨੇ। ਇਸ ਤਰ੍ਹਾਂ ਨਹੀਂ ਕਿ ਆਮ ਲੋਕਾਂ, ਮੈਂ ਜਿਵੇਂ ਉਸ ਦਿਨ ਕਿਹਾ ਸੀ, ਸਰਕਾਰ ਸ਼ਹੀਦ ਬਣਾਵੇ ਨਾ ਬਣਾਵੇ, ਲੇਕਿਨ ਜਿਹੜਾ ਹੈ ਲੋਕਾਂ ਦੇ ਮਨਾਂ 'ਚ ਸ਼ਹੀਦ ਭਗਤ ਸਿੰਘ ਦਾ ਇੱਕ ਆਪਣਾ ਵੱਖਰਾ ਸਤਿਕਾਰ ਹੈ, ਅਤੇ ਰਾਜਗੁਰੂ ਅਤੇ ਸੁਖਦੇਵ, ਇਹ ਗੱਲ ਵੀ ਮੈਂ ਸਮਝਦਾ ਹੋਣੀ ਚਾਹੀਦੀ ਹੈ। ਤਿੰਨੇ ਸ਼ਹੀਦ ਹੋਏ ਸੀ, ਤਿੰਨਾਂ ਨੂੰ ਇੱਕੋ ਜਿਹਾ ਸਤਿਕਾਰ ਦੇਣਾ ਬਣਦਾ। ਬਿਲਕੁਲ ਜੀ ਡਾਕਟਰ ਸਾਹਿਬ, ਪਾਕਿਸਤਾਨ ਨੇ ਵੀ ਸ਼ਹੀਦ ਭਗਤ ਸਿੰਘ ਦਾ ਜੋ ਸ਼ਹੀਦੀ ਦਿਹਾੜਾ ਮਨਾਇਆ, ਇਸ ਦੇ ਨਾਲ ਹੀ ਲਾਹੌਰ ਦੇ ਸਮਾਧਾਨਾ ਚੌਂਕ ਦਾ ਨਾਮ ਵੀ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਰੱਖਣ ਦਾ ਐਲਾਨ ਕੀਤਾ ਗਿਆ ਜੀ। ਦੇਖੋ, ਦੋ ਗੱਲਾਂ ਕੱਲ੍ਹ ਪਾਕਿਸਤਾਨ ਦੇ ਵਿੱਚ ਹੋਈਆਂ ਨੇ। ਬਿਲਕੁਲ, ਪਾਕਿਸਤਾਨ, ਇਹ ਚੰਗੀ ਗੱਲ ਹੈ ਕਿ ਲਗਾਤਾਰ ਪਾਕਿਸਤਾਨ ਦੇ ਵਿੱਚ ਵੀ ਇਹ ਸ਼ਹੀਦ ਜਿਹੜੇ ਨੇ, ਇਹ ਤਿੰਨਾਂ ਨੂੰ ਜਿਸ ਤਰੀਕੇ ਨਾਲ ਦੇਖੋ, ਜਿਵੇਂ ਜਵਾਨੀ 'ਚ ਗਏ ਸਭ ਨੂੰ ਪਤਾ, ਬਿਲਕੁਲ ਜੀ। ਵੈਸੇ ਤਾਂ ਇਹ ਵੀ ਮੈਂ ਮੰਨਦਾ, ਜੇ ਕਿਤੇ ਫਿਲਮਾਂ ਨਾ ਬਣੀਆਂ ਹੁੰਦੀਆਂ ਤਾਂ ਸ਼ਹੀਦ ਭਗਤ ਸਿੰਘ ਨੂੰ ਨਵੀਂ ਪੀੜ੍ਹੀ ਨੂੰ ਇੰਨਾ ਨਹੀਂ ਇਹਨਾਂ ਬਾਰੇ ਪਤਾ ਹੋਣਾ ਸੀ, ਜੀ। ਪਰ ਕਈ ਫਿਲਮਾਂ ਬਣੀਆਂ, ਪਤਾ ਲੱਗ ਗਿਆ, ਇਹ ਚੰਗੀ ਗੱਲ ਹੋਈ। ਪਾਕਿਸਤਾਨ ਦੀ ਨਵੀਂ ਪੀੜ੍ਹੀ ਵੀ, ਪੁਰਾਣੀ ਪੀੜ੍ਹੀ ਵੀ ਇਹਨਾਂ ਨੂੰ ਯਾਦ ਕਰ ਰਹੀ ਹੈ ਜੀ। ਲਗਾਤਾਰ ਉੱਥੇ ਮੰਗ ਕੀਤੀ ਜਾ ਰਹੀ ਸੀ ਕਿ ਸ਼ਮਾਦਾਨ ਚੌਕ ਜਿਹੜਾ ਹੈ ਲਾਹੌਰ ਦਾ, ਜੀ, ਇਸ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ, ਅਤੇ ਇਹ ਫਿਰ ਆਖਰ ਮੰਗ ਪੂਰੀ ਹੋਈ। ਹੁਣ ਉੱਥੋਂ ਦੇ ਮੇਅਰ ਨੇ ਸਰਕਾਰੀ ਤੌਰ 'ਤੇ ਐਲਾਨ ਹੋ ਗਿਆ ਕਿ ਹੁਣ ਜਿਹੜਾ ਸਮਾਧਾਨ ਚੌਕ ਹੈ ਉਹ ਸ਼ਹੀਦ ਭਗਤ ਸਿੰਘ ਚੌਕ ਬਣੂਗਾ ਜੀ। ਸਿਰਫ ਇੱਦਾਂ ਹੀ ਨਹੀਂ ਜੀ, ਹਿੰਦੁਸਤਾਨ ਨਾਲੋਂ ਵੀ ਥੋੜ੍ਹਾ ਜਿਹਾ ਵੱਧ ਕੇ ਇਸ ਵਾਰ ਪਾਕਿਸਤਾਨ ਨੇ ਕੀਤਾ ਜੀ। ਜਿਹੜਾ ਪਾਕਿਸਤਾਨ ਦੇ ਵਿੱਚ ਫੈਸਲਾਬਾਦ ਜ਼ਿਲ੍ਹਾ ਜੀ, ਜੀ ਪਾਕਿਸਤਾਨੀ ਪੰਜਾਬ ਦਾ ਜੀ, ਉਹਦਾ ਪਿੰਡ ਬੰਗਾ ਹੈ ਜੀ, ਬੰਗਾ ਦੇ ਨੇੜੇ ਜਿਹੜਾ ਚੱਕ 105 ਹੈ ਜੀ, ਉਹਦੇ ਵਿੱਚ ਅਸਲ ਜੱਦੀ ਘਰ ਹੈ ਭਗਤ ਸਿੰਘ ਜੀ ਦਾ, ਭਗਤ ਸਿੰਘ ਦਾ ਜੀ। ਉਸ ਘਰ ਨੂੰ, ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਨੂੰ ਜਿਹੜੀ ਪਾਕਿਸਤਾਨੀ ਸਰਕਾਰ ਨੇ, ਕੌਮੀ ਸਰਕਾਰ ਨੇ ਜੀ, ਨੈਸ਼ਨਲ ਜਿਹੜੀ ਸਰਕਾਰ ਹੈ ਇਮਰਾਨ ਖਾਨ ਦੀ ਸਰਕਾਰ ਨੇ ਜੀ, ਉਹਨੂੰ ਨੈਸ਼ਨਲ ਧਰੋਹਰ ਬਣਾ ਲਿਆ।
ਕੌਮੀ ਧਰੋਹਰ ਜੀ ਜੀ ਵੀ ਇਹ ਸਾਡੀ ਕੌਮੀ ਵਿਰਾਸਤ ਹੈ ਹੁਣ ਉਸ ਘਰ ਨੂੰ ਜਿੰਨਾ ਕੁ ਬਚਿਆ ਉਸਦੇ ਦੁਆਰਾ ਉਹਦੀਆਂ ਫੋਟੋਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਉਹਦੀਆਂ ਚੀਜ਼ਾਂ ਜਿਹੜੀਆਂ ਦੁਬਾਰਾ ਉਹਦੇ ਨਕਸ਼ੇ ਬਣ ਰਹੇ ਨੇ ਕਿ ਇਸ ਨੂੰ ਅਸੀਂ ਕੌਮੀ ਧਰੋਹਰ ਦੇ ਤੌਰ 'ਤੇ ਰੱਖਾਂਗੇ ਸੰਭਾਲ ਕੇ ਪਾਕਿਸਤਾਨ ਹੋਵੇ ਹਿੰਦੁਸਤਾਨ ਹੋਵੇ ਇਸ ਗੱਲੋਂ ਅਸੀਂ ਬਹੁਤ ਪਿੱਛੇ ਹਾਂ ਅਸੀਂ ਆਪਣੀਆਂ ਯਾਦਗਾਰਾਂ ਨੂੰ ਨਹੀਂ ਸੰਭਾਲਦੇ ਜੀ ਬਿਲਕੁਲ ਜੀ ਤੇ ਅਸੀਂ ਤਾਂ ਗੁਰਦੁਆਰੇ ਵੀ ਜਿਹੜੇ ਨਹੀਂ ਸੰਭਾਲ ਕੇ ਰੱਖੇ ਗੁਰੂ ਘਰਾਂ ਨੂੰ ਵੀ ਪੱਥਰ ਲਾ ਕੇ ਅਸੀਂ ਖੁਸ਼ ਹੁੰਦੇ ਹਾਂ ਤੇ ਉਹ ਜਿੰਨੇ ਕੁ ਬਚੇ ਜਾਂ ਹੁਣ ਜਿਹੜੇ ਜਿੰਨੇ ਕੁ ਹੈਗੇ ਨੇ ਇਹਨਾਂ ਨੂੰ ਜਿਹਦੀਆਂ ਵੀ ਹੈਗੀਆਂ ਨੇ ਬਚਾ ਕੇ ਰੱਖੀਏ ਆਪਣੇ ਸਾਹਿਤਕਾਰਾਂ ਦੀਆਂ ਵੱਡੇ ਲੇਖਕਾਂ ਦੀਆਂ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਸੰਭਾਲਣਾ ਕਿਸੇ ਕੌਮ ਲਈ ਜ਼ਰੂਰੀ ਹੁੰਦਾ ਹੈ ਆਉਣ ਵਾਲੀ ਜਿਹੜੀ ਕੌਮ ਹੈ ਜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਪ੍ਰੇਰਨਾ ਮਿਲਦੀ ਹੈ ਭਗਤ ਸਿੰਘ ਵੀ ਸਾਨੂੰ ਇਸੇ ਕਰਕੇ ਚੰਗਾ ਲੱਗਦਾ ਬਿਲਕੁਲ ਭਗਤ ਸਿੰਘ ਜੇ ਲੋਕਾਂ ਦੇ ਮਨਾਂ 'ਚ ਜਿਉਂਦਾ ਹੋਊਗਾ ਨਾ ਤਾਂ ਲੋਕ ਪ੍ਰੇਰਿਤ ਹੋਣਗੇ ਵੀ ਭਗਤ ਸਿੰਘ ਕਿਹੋ ਜਿਹਾ ਸਮਾਜ ਚਾਹੁੰਦਾ ਸੀ ਜੀ ਇਹ ਗੱਲ ਸਾਰੀ ਦੁਨੀਆ ਜਾਣਦੀ ਹੈ ਜਿਸ ਦਿਨ ਇੱਕ ਦਿਨ ਪਹਿਲਾਂ ਭਗਤ ਸਿੰਘ ਹੋਰਾਂ ਨੂੰ ਫਾਂਸੀ ਕਿਉਂਕਿ ਡਰ ਗਈ ਸੀ ਸਰਕਾਰ ਕਿ ਜੇ ਟਾਈਮ 'ਤੇ ਲਾਏ ਲੋਕ ਉੱਠ ਕੱਢਣਗੇ ਜਿਵੇਂ ਫਾਂਸੀ ਦਿੱਤੀ ਗਈ ਸਭ ਨੂੰ ਪਤਾ ਹੈ ਜੀ ਲੇਕਿਨ ਜਦੋਂ ਫਾਂਸੀ ਦਿੱਤੀ ਗਈ ਉਦੋਂ ਜਿਹੜੀ ਕਿਤਾਬ ਭਗਤ ਸਿੰਘ ਪੜ੍ਹ ਰਿਹਾ ਸੀ ਲਾਇਨਨ ਦੀ ਜੀਵਨੀ ਉਦੋਂ ਉੱਥੇ ਉਸਨੇ ਵਰਕਾ ਪਲਟਤਾ ਜੀ ਜਿਵੇਂ ਆਪਾਂ ਪੜ੍ਹਦੇ ਨਾ ਮੋੜ ਦਿੰਦੇ ਹਾਂ ਵੀ ਇੱਥੇ ਤੱਕ ਪੜ੍ਹੀ ਹੈ ਜੀ ਵੀ ਅੱਗੇ ਫਿਰ ਪੜ੍ਹਾਂਗੇ ਜੀ ਹੁਣ ਉਹਨੂੰ ਪਤਾ ਕਿ ਸ਼ਹੀਦ ਹੋਣ ਜਾ ਰਿਹਾ ਹੈ ਜੀ ਮੈਸੇਜ ਜਿਹੜੇ ਸਮਝਣ ਦੀ ਲੋੜ ਹੁੰਦੀ ਹੈ ਵੱਡੇ ਲੋਕਾਂ ਦਾ ਕਿ ਉਹਨੇ ਸੁਨੇਹਾ ਦਿੱਤਾ ਬਈ ਹੁਣ ਤੁਸੀਂ ਵਰਕੇ ਪਲਟੋ ਜੀ ਤੁਸੀਂ ਪੜ੍ਹੋਗੇ ਤਾਂ ਆਸ ਕਰੀਏ ਕਿ ਇਕੱਲਾ ਮੁੱਛਾਂ 'ਤੇ ਹੱਥ ਰੱਖ ਕੇ ਪਛਤਾਵਾ ਲਾ ਲਏ ਜਿਹੜੇ ਗਾਣੇ ਗਾਉਂਦੇ ਨੇ ਨਾ ਜਾਂ ਜਿਹੜੇ ਨੋਟਾਂ 'ਤੇ ਭਗਤ ਸਿੰਘ ਤੇਰੀ ਤਸਵੀਰ ਨਹੀਂ ਲੱਗਦੀ ਇਹ ਤੋਂ ਅੱਗੇ ਵੀ ਜਾਈਏ ਉਹਦੀ ਵਿਚਾਰਧਾਰਾ ਦੀ ਵੀ ਗੱਲ ਚੱਲੇਗੀ ਇਹ ਆਸ ਕਰੀਏ ਕੱਲ੍ਹ ਸਾਰੇ ਦੇਸ਼ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ਚੰਗੀ ਗੱਲ ਹੈ ਜੀ ਡਾਕਟਰ ਸਾਹਿਬ ਹੁਣ ਕਿਸਾਨਾਂ ਦੀ ਗੱਲ ਕਰ ਲਈਏ ਧੂਰੀ ਵਿੱਚ ਗੰਨਾ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਜੀ ਜਿਹੜਾ ਕਿਸਾਨ ਮਰਨ 'ਤੇ ਬੈਠੇ ਕਿ ਕਿਸਾਨ ਨੂੰ ਪੁਲਿਸ ਨੇ ਚੁੱਕ ਕੇ ਹਸਪਤਾਲ ਦਾਖਲ ਕਰਵਾ ਦਿੱਤਾ ਉਹਦੀ ਥਾਂ 'ਤੇ ਇੱਕ ਹੋਰ ਕਿਸਾਨ ਬੈਠ ਗਏ ਮਰਨ ਵਰਤ 'ਤੇ ਦੇਖੋ ਜੀ ਚੰਗੀ ਗੱਲ ਹੈ ਕਿ ਲੱਖੋਵਾਲ ਗਰੁੱਪ ਹੈ ਜਿਹੜਾ ਜੀ ਭਾਰਤੀ ਕਿਸਾਨ ਯੂਨੀਅਨ ਦਾ ਬੜੇ ਗਰੁੱਪ ਨੇ ਭਾਰਤੀ ਕਿਸਾਨ ਯੂਨੀਅਨ ਦੇ ਇਹ ਲੱਖੋਵਾਲ ਗਰੁੱਪ ਹੈ ਜੀ ਤਾਂ ਹੀ ਸੁਖਬੀਰ ਬਾਦਲ ਉੱਥੇ ਗਏ ਅਤੇ ਉਹ ਇਹ ਕਹਿ ਰਹੇ ਨੇ ਕਿ ਸਾਨੂੰ ਦਿਓ ਬਈ ਸਾਡਾ ਬਕਾਇਆ ਵੈਸੇ ਤਾਂ ਸੱਚੀ ਗੱਲ ਤਾਂ ਇਹ ਹੈ ਗਰੁੱਪ ਜਿਹੜਾ ਮਰਜ਼ੀ ਹੋਵੇ ਇੱਕ ਸਾਲ ਹੋ ਗਿਆ ਗੰਨਾ ਕਿਸਾਨਾਂ ਨੇ ਪਹੁੰਚਾਤਾ ਮਿੱਲ ਉਹਨਾਂ ਦਾ ਬਕਾਇਆ ਜਿਹੜੀ ਰਕਮ ਹੈ ਨਹੀਂ ਦੇ ਰਹੇ ਜੀ ਦੇਣਾ ਚਾਹੀਦਾ ਅਤੇ ਉੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਉਹ ਸੁਖਬੀਰ ਬਾਦਲ ਵੀ ਗਏ ਨਾਲ ਇਹ ਹੈ ਕਿ ਧੱਕਾ ਕਰ ਰਹੀ ਹੈ ਪੁਲਿਸ ਉਜਾਗਰ ਸਿੰਘ ਜਿਹੜੇ ਬੈਠੇ ਸੀ ਜੀ ਉਹਨਾਂ ਨੂੰ ਚੱਕ ਕੇ ਲੈ ਗਈ ਧੱਕੇ ਨਾਲ ਲੈ ਕੇ ਗਈ ਪੱਗਾਂ ਲੈ ਗਈਆਂ ਬੁਰਾ ਹਾਲ ਲੇਕਿਨ ਨਾਲ ਦੀ ਨਾਲ ਦੂਜਾ ਬੰਦਾ ਜਿਹੜਾ ਹੈ ਬੈਠ ਗਿਆ ਦੇਖੋ ਗੱਲ ਇਹ ਹੈ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਹੈ ਉਹ ਨਹੀਂ ਪੈਦਾ ਹੋਣ ਕਿ ਲੋਕ ਹੋਰ ਪਾਸੇ ਹੋਰ ਕਦਮ ਲੈਣੇ ਸ਼ੁਰੂ ਕਰ ਦੇਣ ਇਹ ਗੱਲ ਵੱਲ ਸੰਕੇਤ ਜਾ ਰਿਹਾ ਹੈ ਜਿਸ ਤਰੀਕੇ ਨਾਲ ਚਾਹੇ ਉਹ ਇੱਥੇ ਬੈਠੇ ਨੇ ਚਾਹੇ ਕਿਤੇ ਹੋਰ ਕਿਸਾਨ ਬੈਠੇ ਨੇ ਕਿਸਾਨ ਬੈਠੇ ਨੇ ਮਜ਼ਦੂਰ ਬੈਠੇ ਨੇ ਅਧਿਆਪਕ ਬੈਠੇ ਨੇ ਜਿੱਥੇ ਵੀ ਬੈਠੇ ਨੇ ਜੇ ਉਹਨਾਂ ਨੂੰ ਐਂ ਇਗਨੋਰ ਕਰਦੇ ਰਹੇ ਨਾ ਜੇ ਕੰਨਾਂ 'ਤੇ ਜੂਨ ਨਾ ਸਰਕੀ ਤਾਂ ਗੱਲ ਗੜਬੜ ਹੋ ਸਕਦੀ ਹੈ ਇਹ ਖਿਆਲ ਰੱਖਣ ਦੀ ਲੋੜ ਹੈ ਜੀ ਡਾਕਟਰ ਸਾਹਿਬ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਪਹਿਲਾਂ ਵੀ ਹਰਿਆਣਵੀ ਡਾਂਸਰ ਸਪਨਾ ਚੌਧਰੀ ਕਾਂਗਰਸ ਵਿੱਚ ਸ਼ਾਮਲ ਹੋ ਗਈ ਹੈ ਜੀ ਦੇਖੋ ਜੀ ਸਪਨਾ ਚੌਧਰੀ ਜਿਹੜੀ ਹਰਿਆਣਾ ਦੀ ਡਾਂਸਰ ਹੈ ਲੇਕਿਨ ਉਹ ਹਰਿਆਣਾ ਦੀ ਕਾਂਗਰਸ 'ਚ ਸ਼ਾਮਲ ਨਹੀਂ ਹੋਈ ਜੀ ਕਾਂਗਰਸ ਪਾਰਟੀ 'ਚ ਤਾਂ ਸ਼ਾਮਲ ਹੋਈ ਯੂਪੀ ਦੀ ਜਾ ਕੇ ਜੀ ਅਤੇ ਯੂਪੀ ਦੀ ਕਾਂਗਰਸ ਦੀ ਉਹ ਲੀਡਰ ਬਣੀ ਪਰ ਮੈਨੂੰ ਲੱਗਦਾ ਹੈ ਕਿ ਉਹਦੇ ਸੁਪਨੇ ਪੂਰੇ ਨਹੀਂ ਹੋਏ ਸਪਨਾ ਚੌਧਰੀ ਦੇ ਲੱਗ ਇਹ ਰਿਹਾ ਸੀ ਕਿਹਾ ਇਹ ਜਾਂਦਾ ਸੀ ਕਿ ਉਹ ਉਸਨੂੰ ਉਤਾਰੂਗੀ ਕਾਂਗਰਸ ਹੇਮਾ ਮਾਲੀ ਦੇ ਖਿਲਾਫ ਜੀ ਮਥੁਰਾ ਤੋਂ ਪਰ ਉਹ ਉੱਥੇ ਕੋਈ ਹੋਰ ਬੰਦਾ ਆ ਰਿਹਾ ਤੋ ਲੇਕਿਨ ਸਪਨਾ ਚੌਧਰੀ ਕੋਈ ਜਿਹੜਾ ਜਿਵੇਂ ਹੁਣ ਸ਼ਤਰੂਘਨ ਸਿਨਹਾ ਦੀ ਘਟਤੀ ਬਿਲਕੁਲ ਠੀਕ ਹੈ ਉਹ ਹੁਣ ਕਾਂਗਰਸ ਵੱਲੋਂ ਟਿਕਟ ਮਿਲ ਰਹੀ ਹੈ ਸੋ ਗੱਲ ਹੈ ਕਿ ਜਿਹੜੇ ਅਸੀਂ ਲਗਾਤਾਰ ਕਹਿ ਰਹੇ ਹਾਂ ਖਿਡਾਰੀ ਹੋਣ ਲਿਖਾਰੀ ਹੋਣ ਲਿਖਾਰੀ ਤਾਂ ਵੈਸੇ ਘੱਟ ਹੀ ਆਉਂਦੇ ਨੇ ਲੇਕਿਨ ਆਹ ਸ਼ੋਹਰਤ ਵਾਲੇ ਜਿਹੜੇ ਫਿਲਮੀ ਸਿਤਾਰੇ ਨੇ ਇਹਨਾਂ ਦਾ ਫਾਇਦਾ ਹਮੇਸ਼ਾ ਲੈਂਦੀਆਂ ਰਹੀਆਂ ਨੇ ਅਤੇ ਅੰਮ੍ਰਿਤਸਰ 'ਚ ਤਾਂ ਹਮੇਸ਼ਾ ਹੀ ਦੇਖ ਰਹੇ ਹਾਂ ਅੱਜ ਕੱਲ੍ਹ ਵੀ ਜੇ ਆਪਾਂ ਨਾਲ ਲੱਗਦੇ ਹੱਥ ਦੋਨੇ ਪੰਜਾਬ ਦੀ ਗੱਲ ਕਰ ਲਈਏ ਭਾਰਤੀ ਜਨਤਾ ਪਾਰਟੀ ਵੀ ਤਾਂ ਇਹੀ ਕੁਛ ਕਰ ਰਹੀ ਹੈ ਬਿਲਕੁਲ ਜੀ
ਉੱਥੇ ਪੂਨਮ ਢਿੱਲੋਂ ਦਾ ਨਾਮ ਲਿਆ ਜਾ ਰਿਹਾ, ਉੱਥੇ ਹਰਭਜਨ ਸਿੰਘ ਭੱਜੀ ਦਾ ਨਾਮ ਆ ਰਿਹਾ, ਸੋ ਅਕਸ਼ੈ ਖੰਨਾ ਗੁਰਦਾਸਪੁਰ ਤੋਂ ਆ ਰਿਹਾ, ਸੋ ਇਹ ਸਾਰੇ ਕਿਤੇ ਜਿੱਥੇ ਵੀ ਦਾਅ ਲੱਗਦਾ ਉੱਥੇ ਸਾਰੀਆਂ ਪਾਰਟੀਆਂ ਇਸ ਤਰ੍ਹਾਂ ਦੇ ਜਿੱਤਣ ਲਈ ਹਰ ਹੀਲਾ ਵਰਤਦੀਆਂ ਨੇ। ਜਿਹੜੇ ਵਿਚਾਰੇ ਵੀਹ ਪੱਚੀ ਸਾਲ ਤੋਂ ਦਰੀਆਂ ਵਿਛਾਉਂਦੇ ਰਹਿ ਜਾਂਦੇ ਨੇ ਨਾ ਜਿਹੜੇ ਬੰਦੇ, ਉਹਨਾਂ ਨੂੰ ਫਿਰ ਆਪਾਂ ਨੂੰ ਦੇਖਣਾ ਪੈਂਦਾ ਕਿ ਭਾਈ ਤੁਸੀਂ ਤੁਹਾਡਾ ਕੰਮ ਪਾਰਟੀ ਦੀ ਸੇਵਾ ਕਰ ਰਹੀ ਹੈ। ਇਹ ਗੱਲ ਵੀ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਕੋਈ ਬੰਦਾ ਬਾਹਰੋਂ ਆਉਂਦਾ, ਭਾਜੀ ਹੁਣ ਮੈਚ ਖੇਡ ਰਿਹਾ, IPL ਸ਼ੁਰੂ ਹੋ ਗਿਆ, ਲੇਕਿਨ ਜੇ ਕੱਲ੍ਹ ਨੂੰ ਉਹਨੂੰ ਟਿਕਟ ਮਿਲ ਜਾਂਦੀ ਹੈ, ਉਹਨੇ ਕੰਮ ਕੀ ਕੀਤਾ? ਜਲੰਧਰ ਤੋਂ ਜਾ ਕੇ ਸਿਰਫ ਨੌਂ ਕਰਕੇ ਆਏਗਾ ਨਾ ਉਹ। ਲੇਕਿਨ ਜਿਹੜੇ ਬੰਦੇ ਲਗਾਤਾਰ 20-30-40 ਸਾਲ ਤੋਂ ਕਿਸੇ ਵੀ ਪਾਰਟੀ 'ਚ ਕੰਮ ਕਰਦੇ ਨੇ ਔਰ ਹਰ ਕੰਮ ਕਰ ਰਹੇ ਨੇ, ਬੰਦਿਆਂ ਨੂੰ ਇਕੱਠੇ ਕਰਨਾ, ਲਾਊਡ ਸਪੀਕਰ ਲਾਓ, ਇਹ ਕਰੋ, ਇੱਥੋਂ ਸ਼ੁਰੂ ਹੁੰਦਾ ਕੰਮ ਅਸਲ, ਤੇ ਉਹ ਬੰਦੇ ਕਿੱਥੇ ਜਾਣਗੇ? ਉਹ ਮੈਨੂੰ ਇੱਕ ਅਕਾਲੀ ਲੀਡਰ ਦੱਸਦਾ, ਮੈਂ ਉਹਨੂੰ ਵੈਸੇ ਹੀ ਪੁੱਛ ਲਿਆ, ਸਾਡੇ ਚੈਨਲ 'ਤੇ ਅਕਸਰ ਆਉਂਦਾ, ਮੈਂ ਕਿਹਾ ਜਿਹੜੀਆਂ ਤੁਹਾਡੀਆਂ ਰੈਲੀਆਂ ਕਰਾ ਰਿਹਾ ਤੁਹਾਡਾ ਪ੍ਰਧਾਨ ਲਗਾਤਾਰ, ਇਹ ਰੈਲੀਆਂ 'ਚ ਤੁਸੀਂ ਜਾਂਦੇ ਹੋ, ਇਹ ਬੱਸਾਂ ਕੌਣ ਲੈ ਕੇ ਜਾਂਦਾ, ਖਰਚਾ ਕੌਣ ਕਰਦਾ, ਬੰਦੇ ਕੌਣ ਇਕੱਠੇ ਕਰਦਾ? ਉਹ ਹੱਸ ਪਏ, ਕਹਿੰਦੇ ਕਿਹਨੇ ਕਰਨਾ? ਇਹੀ ਤਾਂ ਡਿਊਟੀਆਂ ਲੱਗਦੀਆਂ ਨੇ ਸਾਡੀਆਂ, ਜਿਹੜੀ ਜਿਹਦੀਆਂ ਡਿਊਟੀਆਂ ਵੀ ਲੱਗਣ ਸਾਰਾ ਹੋਵੇ ਅਤੇ ਬੰਦਾ ਬਾਹਰੋਂ ਆ ਜਾਵੇ, ਫਿਰ ਉਹਨਾਂ ਦਾ ਕੀ ਹਾਲ ਹੋਊਗਾ? ਇਹ ਸੋਚਣ ਵਾਲੀ ਗੱਲ ਹੈ, ਇਸ ਤਰ੍ਹਾਂ ਹੋ ਰਿਹਾ ਪਾਰਟੀਆਂ ਦੇ ਵਿੱਚ। ਲੇਕਿਨ ਸ਼ੋਹਰਤ ਸਿਆਸਤ 'ਤੇ ਭਾਰ ਹੁੰਦੀ ਹੈ, ਹਮੇਸ਼ਾ ਲੋਕਾਂ ਨੂੰ ਇਕੱਠੇ ਕਰਕੇ ਲੋਕਾਂ ਨੂੰ ਕਨਵਿੰਸ ਕਰਨਾ ਹੁੰਦਾ, ਚਾਹੇ ਉਹਨਾਂ ਦੇ ਨਾਂ 'ਤੇ ਇਕੱਠੇ ਕਰੋ ਅਤੇ ਚਾਹੇ ਉਹਨਾਂ ਰਾਹੀਂ ਇਕੱਠੇ ਕਰੋ, ਚਾਹੇ ਉਹਨਾਂ ਨੂੰ ਕਹੋ ਕਿ ਤੁਸੀਂ ਆ ਜਾਓ। ਇਸ ਤਰ੍ਹਾਂ ਦੀ ਗੇਮ ਸਾਰੀਆਂ ਪਾਰਟੀਆਂ 'ਚ ਚੱਲ ਰਹੀ ਹੈ, ਇਕੱਲੀ ਇਹਦੇ 'ਚ ਨਹੀਂ। ਮਨਮਨ ਸੇਨ ਹੈ ਜਿਹੜੀ, ਉਹ ਮਮਤਾ ਬੈਨਰਜੀ ਦੇ ਨਾਲ ਹੈ, ਜਿਹੜੇ ਹਰ ਹਰ ਸੂਬੇ 'ਚ ਜਿਹੜਾ ਸਾਊਥ ਆ ਉਹ ਤਾਂ ਹੈ ਹੀ ਇਹਨਾਂ ਦਾ, ਬਿਲਕੁਲ ਜੀ, ਐਂਟੀ ਚੰਦਾ ਕੀ ਸੀ, ਰਾਮਾ ਚੰਦਰਨ ਜੀ, ਉਦੋਂ ਬਾਅਦ ਜਿਹੜੀ ਸਾਰਿਆਂ ਦੀ ਮਾਂ ਬਣੀ ਉਹ ਤਾਂ ਖੁਦ ਉਹ ਸੀ, ਸੁਮਿਤਰਾ ਰਾਣੀ ਜਿਹੜੀ ਰਾਹੁਲ ਗਾਂਧੀ ਦੇ ਖਿਲਾਫ਼ ਰਹੀ, ਕਿੱਡੀ ਲੰਬੀ ਲਿਸਟ ਹੈ, ਇਹ ਆਪਾਂ ਦੇਖ ਸਕਦੇ ਹਾਂ। ਸੋ ਇਹ ਹਰ ਥਾਂ ਚੱਲਦਾ, ਦੇਖਦੇ ਹਾਂ, ਹਿੰਦੁਸਤਾਨ ਹੈ, ਕੁਛ ਵੀ ਹੋ ਸਕਦਾ ਜੀ। ਡਾਕਟਰ ਸਾਹਿਬ, ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮਮਤਾ ਅਤੇ ਮੋਦੀ ਇੱਕੋ ਜਿਹੇ ਨੇ ਜੀ, ਇਹ ਹੁਣ ਫਾਇਰਿੰਗ ਸ਼ੁਰੂ ਕਰਤੀ ਹੈ ਮਮਤਾ ਵੱਲ ਜੀ, ਇਹ ਬੜੀ ਅਜੀਬ ਜਿਹੀ ਗੱਲ ਹੋਈ। ਕਦੇ ਤਾਂ ਇਕੱਠੇ ਹੋ ਜਾਂਦੇ ਨੇ ਗਠਜੋੜ ਬਣਾਉਣ ਦੀ ਗੱਲ ਕਰਦੇ ਨੇ, ਗਠਜੋੜ, ਤੇ ਹੁਣ ਜਿਸ ਤਰੀਕੇ ਨਾਲ ਮਮਤਾ ਵੱਲ ਫਾਇਰਿੰਗ ਕੀਤੀ ਹੈ ਬੰਗਾਲ ਦੇ ਵਿੱਚ, ਕਿਉਂਕਿ ਬਹੁਤ ਲੰਬਾ ਸਮਾਂ CPM ਦਾ ਰਾਜ ਰਿਹਾ ਜੀ, ਖੱਬੇ ਪੱਖੀਆਂ ਦਾ, ਕਿਹਾ ਵੀ ਰਾਹੁਲ ਗਾਂਧੀ ਨੇ ਵੀ ਉਦੋਂ ਕਾਂਗਰਸੀਆਂ ਨਾਲ ਧੱਕਾ ਹੁੰਦਾ ਰਿਹਾ ਅਤੇ ਹੁਣ ਮਮਤਾ ਦੇ ਰਾਜ 'ਚ ਵੀ ਕਾਂਗਰਸੀਆਂ ਨਾਲ ਧੱਕਾ ਹੋ ਰਿਹਾ, ਅਤੇ ਉਹਨਾਂ ਦਾ ਇਹ ਕਹਿਣਾ ਕਿ ਜੇ ਤੁਸੀਂ ਚਾਹੁੰਦੇ ਹੋ ਬੰਗਾਲੀਆਂ ਦਾ ਜਿਹੜਾ ਭਾਰਤ ਆਰਾ ਹੋਵੇ ਤਾਂ ਕਾਂਗਰਸ ਨੂੰ ਵੋਟਾਂ ਪਾਓ ਜੀ। ਕਾਂਗਰਸ ਨੂੰ ਵੋਟਾਂ ਪਾਉਣੀਆਂ ਤਾਂ ਗੱਲ ਜਿੱਥੇ ਤੱਕ ਠੀਕ ਸੀ, ਲੇਕਿਨ ਇਹ ਕਹਿਣ ਨਾਲ ਕਿ ਮਮਤਾ ਮਾੜੀ ਹੈ ਅਤੇ ਮਮਤਾ ਅਤੇ ਮੋਦੀ 'ਚ ਕੋਈ ਫਰਕ ਨਹੀਂ, ਮੈਨੂੰ ਲੱਗਦਾ ਰਾਹੁਲ ਗਾਂਧੀ ਦੇ ਇਸ ਨਾਲ ਭਾਰਤੀ ਜਨਤਾ ਪਾਰਟੀ ਅੰਦਰੋਂ ਖੁਸ਼ ਹੋਊਗੀ, ਕਿਉਂਕਿ ਉਹ ਮੋਦੀ ਨੂੰ ਤਾਂ ਮਾੜਾ ਕਹਿ ਰਿਹਾ ਸੀ, ਲੇਕਿਨ ਜੇ ਮਮਤਾ ਜਿਹੜੀ ਸਭ ਤੋਂ ਤਿੱਖੇ ਸਵਾਲ ਕਰ ਰਹੀ ਹੈ ਮੋਦੀ ਨੂੰ, ਅਤੇ ਜਿਸ ਤਰੀਕੇ ਨਾਲ ਮੋਦੀ ਡਰ ਹੈ ਕਿ ਬੰਗਾਲ 'ਚ ਸਾਡਾ ਕੁਛ ਬਣੂ ਕਿ ਨਹੀਂ, ਉਹਦੇ ਵਿੱਚ ਹੁਣ ਜੇ ਮੋਦੀ ਦੇ ਨਾਲ ਇਹਨੂੰ ਵੀ ਜੋੜ ਲਿਆ ਰਾਹੁਲ ਗਾਂਧੀ ਨੇ, ਇਹਦਾ ਮਤਲਬ ਦੁਸ਼ਮਣ ਦਾ ਦੁਸ਼ਮਣ ਦੋਸਤ ਹੋ ਗਿਆ। ਇਨਡਾਇਰੈਕਟਲੀ ਤਾਂ ਮੋਦੀ ਦੀ ਮਦਦ ਕਰ ਰਹੇ ਨੇ ਰਾਹੁਲ ਗਾਂਧੀ ਜੀ, ਜੇ ਇਹ ਗੱਲ ਹੋ ਰਹੀ ਹੈ ਤਾਂ ਮੈਨੂੰ ਲੱਗਦੀ ਰਿਹਾ ਸੀ ਕਿ ਇਸ ਤਰੀਕੇ ਨਾਲ ਇੱਧਰ ਵੀ ਸ਼ੁਰੂ ਹੋ ਜਾਏਗਾ, ਲੇਕਿਨ ਹੁਣ ਸ਼ੁਰੂ ਹੋ ਗਿਆ। ਇਹਦਾ ਫਾਇਦਾ ਕਿੰਨਾ ਕੁ ਹੋਏਗਾ ਇਹ ਤਾਂ ਕਾਂਗਰਸ ਨੂੰ ਪਤਾ ਨਹੀਂ, ਪਰ ਇਹਦਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਹੋ ਸਕਦਾ, ਇਹ ਗੱਲ ਜ਼ਰੂਰ ਨਜ਼ਰ ਆ ਰਹੀ ਹੈ ਜੀ। ਡਾਕਟਰ ਸਾਹਿਬ, ਬਿਹਾਰ ਵਿੱਚ ਰਾਹੁਲ ਗਾਂਧੀ ਨੇ ਮੋਦੀ ਨੂੰ ਵੀ ਫੇਰ ਘੇਰਿਆ ਜੀ, ਉਹ ਤਾਂ ਦੇਖੋ ਮਨਪਸੰਦ ਨਾਰਾ ਅੱਜ ਕੱਲ੍ਹ ਹੈ ਚੌਕੀਦਾਰ ਚੋਰ ਹੈ ਜੀ, 15 ਲੱਖ ਕਿੱਥੇ ਨੇ, ਇਹ ਚਾਰ ਗੱਲਾਂ ਜੋ ਹਰੇਕ ਥਾਂ 'ਤੇ ਜਾਣਾ ਇਹ ਉਹਦੇ ਖਿਲਾਫ ਨੇ ਕਿ ਇਹ ਅਮੀਰਾਂ ਨੂੰ ਅਮੀਰਾਂ ਦਾ ਚੌਕੀਦਾਰ ਹੈ, ਇਹ ਪੈਸੇ ਉਹਨਾਂ ਨੂੰ ਦੇ ਰਿਹਾ, ਰਾਫਾਲ ਦੇ ਮੁੱਦੇ 'ਤੇ ਅੰਬਾਨੀ, ਇਹ ਤਾਂ ਅਟੈਕ ਹੁੰਦਾ ਰਾਹੁਲ ਗਾਂਧੀ ਦਾ ਅੱਜ ਕੱਲ੍ਹ, ਅਤੇ ਜਿਹੜਾ ਕਹਿ ਰਹੇ ਨੇ ਉਹ ਇਹ ਕਿ ਕਿਸਾਨਾਂ ਨੂੰ ਕਰਜ਼ਾ ਮਾਫ਼ ਕੀਤਾ, ਹੁਣ ਉਹ ਵੀ ਬੋਲਣ ਲੱਗ ਗਏ, ਉਵੇਂ 3 ਸਟੇਟ 'ਚ ਕੀਤਾ, ਇੱਥੇ ਵੀ ਕਰਾਂਗੇ। ਇੱਕ ਉਹਨਾਂ ਨੇ ਨਵੀਂ ਗੱਲ ਕੀਤੀ ਹੈ ਕੱਲ੍ਹ ਜਿਹੜੀ ਬਿਹਾਰ 'ਚ, ਰਾਹੁਲ ਗਾਂਧੀ ਨੇ ਵੀ ਉਸ ਤਰ੍ਹਾਂ ਦਾ ਲਾਲਚ ਦਿੱਤਾ ਹੈ ਕਿ ਇੱਕ ਮਿਨੀਮਮ ਆਮਦਨ ਗਰੁੱਪ ਬਣਾਵਾਂਗੇ, ਘੱਟੋ ਘੱਟ ਆਮਦਨ ਗਰੁੱਪ ਜੀ, ਉਹਨੂੰ ਘੱਟੋ ਘੱਟ ਪੈਸੇ ਉਹਦੇ ਅਕਾਊਂਟ 'ਚ ਪਾਇਆ ਕਰਾਂਗੇ ਅਸੀਂ, ਇਹ ਉਹਨਾਂ ਨੇ ਕਿਹਾ।
ये जिहड़े लारे ने ना ये लगदे ने हर एक पार्टी वल्लों राहुल गांधी भी उन्हां चों इक है। हालांकि राहुल गांधी ने कल कहा कि जो मैं कहना सच कर रहे तुसी दसो जो मैं बोलिया मैं पूरा किया कि नहीं किया। वो 2 लाख के कर्जे नूं ये कहते ने किसानों का कर्जा माफ़ किया जी। तो दूजे पासे लगे हुए ने तुहानूं पता है मोदी साहब और मोदी साहब तो प्रभाव नहीं कर रहे किसी की। और जिस तरीके मोदी हुण जोरदार ढंग नाल लग्या लोग जिस तरीके मीडिया नूं वरत रहे ने लोग सोचण लग गए कि फिर तो नहीं मोदी आ जाएगा। इस पासे नूं कहानी जाण लग गई। देखो लोगों के हथ जो है 23 मई को तो फैसला होना है लेकिन उदू पहला की चलना है वह आप देख रहे हैं जी। डॉक्टर साहब ओवरसीज कांग्रेस के प्रधान जो सीएम पत्रोदा उन्होंने वालों दिए बयान को लेकर अमित शाह ने प्रेस कॉन्फ्रेंस की है कहा कि राहुल गांधी माफ़ी मंगण। देखो गल है जिथे इन्हों फायदा होएगा वो करेंगे तो इन्होंने दिनों जरूर करेंगे। सीएम पत्रोदा ने जी गल कही उन्होंने तो यह कहा कि तुम दो सबूत जो तुम गए पाकिस्तान किन्ने बंदे मार के आए जी ये सबूत चाहिए ने यह कहा। लेकिन कांग्रेस का बंदा कह रहा है कांग्रेस ने यह कहने की बजाय भी हाँ असी सबूत मांगते हैं ज नहीं इन्होंने कहा कि यह उसका निजी बयान है। लेकिन यह गल दे विच भारतीय जनता पार्टी नूं मौका मिल गया उन्होंने एक बार फिर गल याद कराती कि यह शहीदां ते शक करते हैं यह साड़ियां फौजां ते शक करते हैं इन्होंने यह किया ये माफ़ी मंगन। माफ़ी नाल कोई अमित शाह नूं लैण देण नहीं उन्होंने तो कैश करवाना है जिहड़ा कुछ इन्होंने प्रचार किया कि असी 300 बंदे मारे असी एयर स्ट्राइक की असी पाकिस्तान के बिच जाके पाकिस्तान नूं कुटिया ये गल जी बार बार कैश कराने लई ये बहाना सीएम पत्रोदा का मिल गया। पहला होर मिलते रहे नवजोत सिद्धू भी मिलता रहा जिहड़ा ये कहिंदा सबूत दे वह गद्दार है तो उन्होंने इहदा फायदा उठाउणा है उठा रहे ने जी। डॉक्टर साहब देश दे पहले लोकपाल पीसी घोष ने कल अपने अहुदे दी सहुं चुकी जी। देखो जी पीसी घोष जिहड़े ने पहले लोकपाल बन गए लेकिन जिन्हें लोकपाल बनाउण लई वड्डी मूवमेंट चलाई एक तो सारे आम आदमी पार्टी के समेत केजरीवाल अन्ना हजारे की फोटो ला लैन तो उन्होंने पूजन शुरुआत उन्हें इतों की थी। बिल्कुल जी उस मूवमेंट के केजरीवाल निकलिया और केजरीवाल की पार्टी निकली उसकी सरकार निकली उसके नाल लगते लगते फिर इधरों 5-7 समझो भी ए लीडर 5 या 20 कह लो जो 20 MLA तो 2-4 जड़े इन्हों के MP बने से समेत भगत भगवंत मान ये लै लो तो ये निकले तो उस मूवमेंट चो सी। लेकिन लोकपाल जिहड़ा करके यूं लग रहा है कि एक बार जो लोकपाल बन गया तो देश का पार उतारा हो जू हूँ देखते हैं ये जेडे पिनाकी चंद्र घोष बने ने पहले लोकपाल हिंदुस्तान के जिदे प्रधानमंत्री भी उस दायरे च लियाउण दी गल कीती गई सी ते देखदे आ प्रधानमंत्री तो पहले ही दायरे च है। लोग तो अटैक कर रहे हैं कि अमीरां दा चौकीदार है इहने 31,000 करोड़ कल्ला अनिल अंबानी नूं फायदा उठाया ये सचमुच इस किस्म दीआं गल्लां आउणगीआं जां ना आउणगीआं। लेकिन जदों कल सहुं चुकी सी उदों नरेंद्र मोदी भी उत्थे सी राष्ट्रपति ने सहुं चुकाई सी ते सुप्रीम कोर्ट के जज ते उपराष्ट्रपति भी उत्थे सी वड्डा अहुदा है जे सचमुच सही तरीके नाल अमरी जामा पहनाया जांदा इस ते जी। डॉक्टर साहब हेमकुंड साहिब दे जो किवाड़ ने 25 मई तो नहीं बल्कि 1 जून तो खुलेंगे जी। देखो मनदीप इस बार एक गल तो सारी दुनिया च जी कल हिंदुस्तान च नहीं सारी दुनिया च मौसम ने रंग दिखाए ने बदल गया। बिल्कुल जी बर्फा पईआं रज के ते हो सकदा कदे गर्मी भी उवे पवे जिवें बर्फ पई है जी ये गल भी आपां नूं ख्याल रखनी चाहीदी है। कुदरत नाल छेड़छाड़ दे नतीजे सानू दुनिया नू मनुख नू भुगतने पैने ने। मनुख कह रहे हैं ना कि असी डिवेलपमेंट कर ली मनुख कह रहा घर बना ले मनुख कह रहा असी जिहड़ा है फैक्ट्रियां लै लईआं लेकिन जंगल भी तो कटे गए। जिस तरीके नाल ग्लेशियर पिघल रहे ने पानी का पद्धर बढ़ रहा है देश खत्म हो जाण दी कई देश खत्म हो जाते खासे जिहड़े ने उस हालात के असी भी इस बार देखिया
कि ठंड तो हाले तक है जी। मतलब जिहड़े लोग सवेरे उठदे आ जिहने सैर करदे आ जिहने सवेरे वो हाले भी सर्दियों वाले कपड़े तो बिना बाहर नहीं जा सकते। इन्नी क सर्दी अजकल दे दिनां च भी हुंदी है ते बर्फ पई हुई है उत्थे जी। बर्फ पहला यह सोचा सी कि 25 मई तक बर्फ साफ हो जाएगी और मौसम ठीक हो जाएगा, लेकिन फिर फैसला होया फौज ने साफ करनी होंगी है, फौज ड्यूटी लगी है हेमकुंड साहब तो बर्फ जी फौज ने साफ करनी होंगी है वो करेंगे, लेकिन हूँ हफ्ता 10 दिन लेट खुलन गए और हूँ 1 जून तो हेमकुंड साहब की यात्रा शुरू होएगी। ये मन के चलना चाहिए जिन्होंने इस बार हेमकुंड साहब जाना है वो ख्याल रखन के 1 जून तो बाद ही जा सकनगे जी। डॉक्टर साहब हरिमंदर साहब विखे भी जो सोने के पत्रियां की सेवा शुरू हुई है जी। देखो जी यूके दी एक मिशन है गुरु नानक मिशन जी, उन्होंने शुरू किया। मैनू दस्या गया सी एक इंटरव्यू दे विच हरचरण सिंह चीफ सैकटरी वालों कि इहदे च करोड़ों रुपए का बजट जो असी पुछया तो वह दिता गया सी कि हरिमंदर साहब की जिहड़ी है असी ये पत्रियां की सफाई करनी है सोने के उत्ते ना, क्योंकि लगातार पोल्यूशन कारण हो जिहड़ा मैल जम जाती है उन्हूं साफ करनी होंदी है। फिर उन्हें दस्सिया कि साडे कोल तां मिशनरी आ गए एवं ये पैसा खर्चन फिरदे सी जिहड़ी श्रोमणी कमेटी, उन्हें किस्म का इल्जाम लाया कि जिहड़े मिस यूज ऑफ फंडस जिहड़े साडे फंड ने ना जिहड़े लोगों का दसवंध का जिहड़ा पैसा उत्थे जांदा है संगत मत्था टेकदी है इहनू सही तरीके नाल नहीं लाया जांदा, इहदे च हेराफेरी हुंदी है इहदे च करप्शन हुंदी है इह कहिण दी कोशिश कर रहे सी इहदे हवाले नाल। ते हुण दुबारा फिर उन्होंने आप दी बजाए जिवें पहला श्रोमणी कमेटी ने कहा सी असीं करावांगे हुण इह यूके दे मिशनरी उन्हां नूं दित्ता काम और आस करांगे कि बहुत जल्दी ठीक हो जाणगे और काम शुरू हो गया कार सेवा नाल काम। साडा काम जिहड़े सिक्खी दे विच कार सेवा हुंदी जी, सिक्खी च ऐ नहीं हुंदा जिवें सिक्खे दी कि बिरले दा मंदर इत्थे कदे इह नहीं कोई कह सकदा महाराजे दा गुरद्वारा है जी जी। ठीक है, गुरु घर दा हमेशा काम कार सेवा नाल हुंदा, लोक इकट्ठे होके करदे ने इहदी भी कार सेवा जिहड़ी है शुरू होई है जी। डॉक्टर साहब हुण जे असीं अगली खबर वल वधीए तां करतारपुर साहिब विखे चल रहे लांघे दा काम कल किसानां ने रोकिया जी। जी इह देखो गल बड़ी स्पष्ट है जी कि किसानां दे मनां च भी कई बार लालच आ जाता है, ये गल आप मुनकर नहीं बिल्कुल जी बिल्कुल कि उन्होंने लगता है सरकार ने जड़ा है करना है तो लै लो जिन्हें सानू मिल जाएंगे जिन्हें मंगांगे एक बार लै लो फिर असं कोर्ट चले जावे और बधा लाँगे। पहला किया लोगों ने पहला बहुत होया है जमीन जिहड़ियां अक्वायर हुई लोग वह मैं एक कार डीलर दसदा लोग बोरिया च पैसे लैके आके कारा लै जाते कम करते नहीं बहुत कुछ होया जिथे भी ये जिहड़ी है अक्वायर हुई सी जमीन। लेकिन दूजे पासे इहो जिहे लोग भी ने जिहड़े कहिंदे ने बाबे नानक दा नां है बाबे नानक दा राह खुल्लना लै जाओ असीं पैसे दी भी सानूं लोड़ नहीं जी। हर किस्म दे लोग ने जी। कल जिहड़ा कुछ होया काम शुरू हो गया सी क्योंकि पाकिस्तान तां काम च 40% करी बैठा जी। इंडिया वाले हले अक्वायर कर रहे ने कल जिथे काम होया जिहड़ी कल काम करन लगे वह किसान आकरगे वह कहिंदे भी नहीं पहला सानूं इह दसो कि सानू की रेट दोगे जी। असल सरकार की भी गलती है किसान की जमीन आ रही है उन्होंने कणक बीजी हुई है उन्होंने कच्ची कणक बढ़नी है जा नहीं बढ़नी है फैसला करना है, पर उन्होंने ये तो दसो तुसी 20 लाख देना 25 लाख देना है जिहड़ा मूँह आता लोग एक दूजे से बोली जाते हैं कि सानू 25 नू मिलू। हुण उन्होंने इकट्ठे होके अपनी एक एसोसीएशन भी बना ली जिन्हां दी जमीन आउंदी है जी जी। ते कल दा मसला तां इह सी कि उन्होंने कहा कि सानू तुसी हाले तक दस्या क्यों नहीं कि सानू दिओगे की जी। ये सरकार मैं समझदा इत्थे सरकार दी थोड़ी जी सुस्ती है, सरकार ने पैसे तो देने ही है किसानां नूं कॉन्फिडेंस लैन उन्हां नूं दसन क्या मार्केट वैल्यू है तुहानूं असीं इन्नी जिहड़ा है पैसा देवांगे कदों दिओगे किवें दिओगे कि चैक तुहाडे खाते च कदों जाऊगा ये सारी गल दसन किसानों भी नींद आवे वो बेचारे जड़े ने हर वक्त टंगे हुए ने। सो किते ना किते दोने धिर जिहड़ियां ने उन्हां दे विच इधर जपत रखने की भी थोड़ा लोड़ है लालच घट करन की लोड़ है। बाबे नानक का मसा तो यह दिन आने वाला है तो दूजे पासे सरकार नूं भी चाहिए कि जे बाबे नानक के नाँ ते असी जे कोई चाहुंदा है उहदी रोजी रोटी
ना उदी जावे उन्हों उन्ना पैसा जड़ा है मिल जाना चाहिए था इस पासे जल्दी कदम उठाने की लोड़ है जिहड़ी सरकार दा उत्थे सुखी रंधावे दा एरिया उन्हों मेरा ख्याल है कि कैबिनेट मिनिस्टर है कैप्टन साहब दे नेड़े है ते जे सेंटर ने पैसे देना है तो ज़्यादा मेहनत करके तेजी नाल कार्रवाई करके किसानों नाल गल करनी चाहिए है जी। डॉक्टर साहब फिल्म केसरी दा टैक्स माफ करने के लिए महाराष्ट्र सरकार नु कहा गया है जी। देखो एक कई जड़ियां एसोसिएशन उठिया ने जी। मैं समझदा कि एक बॉर्डर फिल्म बनी सी जी ते जिहड़े फिल्मां हुंदियां ने ना ये बहुत असर पाउंदियां ने। मैं पहले भी दस के हटिया बिल्कुल जी कि शहीद भगत सिंह मैं ना असल तां दस्सिया कि मैं एक बार आपके स्टूडेंट्स नूं कैमरा लैके भेजता उन्होंने सिर्फ यही सवाल किया कि पंज पंजाब दे शहीदां दे नाम लो तो जिहड़े लोग नाम लैंदे सी उह सब तो पहला शहीद भगत सिंह दूजा शहीद ऊधम सिंह तीजा नाम उन्होंने याद नहीं आता सी जो उन्होंने कह गया कि पंज एक्टर दे नाम लो तो भज के वह दस दे भी दसण नूं तैयार सी तो जो उन्होंने ये पूछे भी थोड़ू ये नौ दोने क्यों याद ने तो उन्होंने दसिया कि सानू फिल्मा करके याद ने जी। तो फिल्मा यही कारण है ना असं पढ़ाते नहीं जो अं कहने कि ये सिलेबस लाओ तो यह मतलब यही होंगे। अच्छा वो जी गल तुसी की हमने फिल्म बनी है जी असं कहने सिखा की बहुत बड़ी कुरबानी है बिल्कुल तो सिखा की कुरबानी दसन लिये इस किस्म दिल्मा बन ये बनी है केसरी फिल्म जी। केसरी फिल्म है जिहड़ी सारागढ़ी दी विच शायद मेरे जे पक्का मैं माफ करना अपने दर्शक 1876 दी जो गल है जो इहदे नेड़े तेड़े दी 97 दी हो सकती है ते उस वेले सारागढ़ी दे विच गढ़ी हुंदा छोटा किला बिल्कुल ठीक ना ते आपां कहिंदे केसगढ़ गढ़ दा मतलब किला जिहड़ा जिथे बाबा गुरु गोबिंद सिंह सी इन्नी छोटी जी गड़ियां बनदियां ने सी चमकौर की गढ़ी सी जिहदे 40 सिंह गए सी सारागढ़ी दे विच सिर्फ 21 सिख सी जी और 21 सिखां दा मुकाबला सी 10,000 अफगानियां नाल जिहड़े कबायलियां नाल जी और जिस बहादुरी नाल उह लड़के शहीद होए वह फिल्म है और सिखां दी बहादुरी की बात पाउण वाली फिल्म है ते सानूं तां खुशी होगी चाहे महाराष्ट्र सरकार भी करे पंजाब सरकार सारी सरकारां करन क्योंकि सिक्ख्या दी बात पा रही है ये बड़ी गल है और असी भी कहने हैं ऐसिया फिल्मां जिहड़ी लोकां दे मनां च देश भगती पैदा करदियां ने उन्हां फिल्मां दा जिहड़ा है उहनूं टैक्स फ्री होना चाहीदा है ये फिल्म भी टैक्स फ्री होवे चंगी गल है जी। डॉक्टर साहब गुरुग्राम विच इक क्रिकेट दे बॉल दे छोटे जिहे विवाद नूं लैके परिवार की बुरी तरह कुटमार की गई है ते उसनूं पाकिस्तान भेजण दी गल भी की गई जी। देखो हुण तुसीं इशारा तां कर ही दित्ता वी परिवार कौन है जिहड़े पाकिस्तान भेजणा जी। मोदी साहब दा जदों दा राज आया इह जिहा कुछ बहुत चल रहा जी बिल्कुल मतलब कोई बंदा जे उहने फ्रिज च मीट रख लिया इह कह के उहनूं कुट दो कि इह तां गऊ मास है जी जे कोई जा रहा है उन्होंने ये कह दो कि यह बच्चे चकन आया मॉब लिंचिंग दी घटनावां मतलब गऊ दे नाम ते मुसलमान दे नाम ते बंदे मातरम दे नाम ते कहो जी बंदे मातरम जे नहीं कहते तुसीं गदार हो इधर सिद्धू भी गदार है जिहड़ा देश लई खेडदा भी रहा ते काम भी करदा क्योंकि उन्हां दी बोली नहीं बोलदा तो यह जिहड़ा कुछ जिहड़ी होया कोई खास गल नहीं हुई होया तो यह कि बॉल बच्चे खेडते महल जिम्मे खेडते हैं बॉल लगी क्रिकेट की छोटी जी बॉल लकड़ी जी जी वो तो लड़ाई शुरू हुई और जिस तरीके वीडियो वायरल हुई है सामने देखी है मीडिया च चली है बुरी तरीके परिवार को कुटिया जा रहा है सने औरतों और जी तुसी गल की ये भी कह गया भाजो थोड़ी इतने कोई जगह नहीं जी ये गुरुग्राम उ है जिथे ओपन च जिहड़े नवाज पढ़ तो भी रोकया गया जी कि जे जुमे नूं चार मुसलमान कट्ठे होके किसी पार्क च नवाज पढ़दे सी उहदे च भी जिहड़ा है रोकया गया ते जदों इह कहा गया कि उह कहिंदे जी ओपन च नहीं पढ़ सकदे उह कहिंदे जे ओपन च जगराता हो सकदा ते नवाज क्यों नहीं हो सकदा बिल्कुल जी बिल्कुल तर्क है गल दे विच ते इह कुछ जे गुरुग्राम च हो रहा है भारतीय जनता पार्टी दे राज च हो रहा है ते विरोधियों ने तो फिर चकना ही है जी ते उहदे च फिर केजरीवाल भी उठाया कल जी गवांडी राज है दिल्ली एक किस्म की बिल्कुल जी ते उहदे च उहने कहा भी इहदा
ਜਿਹੜਾ ਹੈ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਾਰਵਾਈ ਤਾਂ ਬਿਲਕੁਲ ਹੋ ਜਾਣੀ ਚਾਹੀਦੀ ਸੀ ਕਿਉਂਕਿ ਸਾਰਾ ਕੁਛ ਪਤਾ ਲੱਗ ਰਿਹਾ ਕੌਣ ਕੁੱਟ ਰਿਹਾ ਕਿਹਨੂੰ ਕੁੱਟ ਰਿਹਾ ਸਾਰਾ ਕੁਛ ਨਜ਼ਰ ਆ ਰਿਹਾ ਵੀਡੀਓ 'ਚ ਐਸਾ ਕੁਛ ਨਹੀਂ ਹੋਣਾ ਚਾਹੀਦਾ ਇਹ ਦੇਸ਼ ਨੂੰ ਸਭ ਕਾ ਸਾਥ ਜਿਹੜਾ ਕਹਿ ਰਹੇ ਹੋ ਨਾ ਮੋਦੀ ਸਾਹਿਬ ਸਭ ਕਾ ਸਾਥ ਆਹ ਸਭ ਕਾ ਸਾਥ ਨਹੀਂ ਕਿ ਅੱਧੇ ਬੰਦੇ ਪਾਕਿਸਤਾਨ ਚਲੇ ਜਾਣ ਐਸੀ ਗੱਲ ਨਹੀਂ ਹੋਣੀ ਚਾਹੀਦੀ ਜੀ ਡਾਕਟਰ ਸਾਹਿਬ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਲੜਕੀ ਨੂੰ ਚਾਰ ਲੜਕੇ ਛੇੜ ਰਹੇ ਨੇ ਪਰ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਜੀ ਦੱਸਿਆ ਜਾਂਦਾ ਮੈਂ ਦੇਖੀ ਆ ਵੀਡੀਓ ਜੀ ਦੱਸਿਆ ਜਾਂਦਾ ਹੈ ਕਿ ਉਹ ਮੇਰਠ ਦੀ ਹੈ ਜੀ ਪਰ ਉਹ ਵੀਡੀਓ ਦੇਖ ਕੇ ਨਮੋਸ਼ੀ ਹੁੰਦੀ ਹੈ ਦੁੱਖ ਹੁੰਦਾ ਹੈ ਹੈਰਾਨੀ ਹੁੰਦੀ ਹੈ ਵੀ ਅਸੀਂ ਇਸ ਦੇਸ਼ 'ਚ ਰਹਿ ਰਹੇ ਹਾਂ ਜੀ ਸਕੂਲ ਦੀ ਬੱਚੀ ਹੈ ਪਤਾ ਕਿਵੇਂ ਲੱਗਦਾ ਸਕੂਲ ਦੀ ਡਰੈਸ ਪਾਈ ਹੋਈ ਹੈ ਜੀ ਉਹਨੇ ਚਿੱਟਾ ਕੁੜਤਾ ਨੀਲੀ ਸਲਵਾਰ ਪਾਈ ਹੋਈ ਹੈ ਜੀ ਔਰ ਬੱਚੀ ਰੋ ਰਹੀ ਹੈ ਔਰ ਜਿਸ ਤਰੀਕੇ ਨਾਲ ਇੱਕ ਮੈਂ ਤਾਂ ਗੁੰਡਾ ਕਹੂੰਗਾ ਜੇ ਗੁੰਡੇ ਨੇ ਫੜਿਆ ਹੋਇਆ ਜੀ ਦੂਜੇ ਹੱਸ ਰਹੇ ਨੇ ਦੂਜੇ ਇੱਕ ਵੀਡੀਓ ਬਣਾ ਰਿਹਾ ਜੀ ਤੇ ਇਹ ਫਿਰ ਉਹ ਉੱਚੀ ਉੱਚੀ ਰੋਂਦੀ ਹੈ ਹੈਲਪ ਲਈ ਕਹਿ ਰਹੀ ਹੈ ਤੇ ਫਿਰ ਪਤਾ ਨਹੀਂ ਕੀ ਉਹਦੇ ਮਨ 'ਚ ਤਰਸ ਆਉਂਦਾ ਜਾਂ ਕੁੜੀ ਕੋਈ ਦੰਦੀ ਪੜ੍ਹਦੀ ਹੈ ਕਿਉਂਕਿ ਉਹਨੂੰ ਬਲਰ ਕਰਕੇ ਦਿਖਾ ਰਹੇ ਨੇ ਟੀਵੀ ਜੀ ਉਹ ਕੁੜੀ ਭੱਜ ਜਾਂਦੀ ਹੈ ਲੇਕਿਨ ਬੰਦੇ ਤਾਂ ਸਮਝ ਆ ਰਹੇ ਨੇ ਤੇ ਕੇਸ ਹਾਲ ਤੱਕ ਕਿਉਂ ਨਹੀਂ ਹੋਇਆ ਜੀ ਇਹੀ ਹੈ ਅਸਲ ਜਿਹੜੇ ਤੁਸੀਂ ਕਹਿੰਦੇ ਵੀ ਕੀ ਹੁੰਦਾ ਜਦੋਂ ਅਸੀਂ ਕਹਿੰਦੇ ਮੈਨੂੰ ਯਾਦ ਹੈ ਕਿ ਇੱਕ ਵਾਰ ਮੈਂ ਇੱਕ ਸੈਮੀਨਾਰ ਕੀਤਾ ਜਿਹਦੇ 'ਚ ਫੀਮੇਲ 40 ਸਾਈਡ 'ਤੇ ਇੱਕ ਆਰਟਿਸਟ ਡਰਾਮੇ ਦੀ ਬੋਲਣ ਆਈ ਉਹ ਕਹਿੰਦੀ ਤੁਸੀਂ ਕਹੀ ਜਾਂਦੇ ਹੋ ਤੁਹਾਡੇ ਨਾਲ ਹਾਂ ਅਸੀਂ ਪਰ ਜਿਹੜੀਆਂ ਜੰਪ ਆ ਉਹਦੀ ਸੁਰੱਖਿਆ ਕੌਣ ਕਰੂਗਾ ਜੀ ਤੁਸੀਂ ਕਹਿੰਦੇ ਕੁੜੀ ਪੜ੍ਹੇ ਅਤੇ ਕੁੜੀਆਂ ਸਕੂਲ ਗਈ ਸੀ ਆ ਕੀ ਹਾਲ ਹੋ ਰਿਹਾ ਜੀ ਤੋ ਇਹ ਜਿਹੜਾ ਹੈ ਹਿੰਦੁਸਤਾਨ ਦੇ ਵਿੱਚ ਬਹੁਤ ਦੁੱਖ ਦੀ ਗੱਲ ਹੈ ਹਾਲ ਤੱਕ ਕੁਛ ਨਹੀਂ ਹੋਇਆ ਇਹ ਤਾਂ ਇੱਕ ਘਟਨਾ ਹੈ ਜਿਹੜੀ ਵੀਡੀਓ ਬਣ ਗਈ ਜੀ ਬਾਕੀ ਪਤਾ ਨਹੀਂ ਕਿੰਨੀਆਂ ਕੁੜੀਆਂ ਹੋਣਗੀਆਂ ਬਾਕੀ ਪਤਾ ਨਹੀਂ ਕਿੰਨੀਆਂ ਜਿਹੜੇ ਰਿਪੋਰਟ ਹੀ ਨਹੀਂ ਹੁੰਦੀ ਬਿਲਕੁਲ ਜੀ ਜਿਨ੍ਹਾਂ ਦੀ ਕੋਈ ਪਤਾ ਹੀ ਨਹੀਂ ਜੀ ਤੇ ਇਹੀ ਕਾਰਨ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਕੁੜੀਆਂ ਦਾ ਕਾਲਜ ਨੇੜੇ ਕੁੜੀਆਂ ਦਾ ਸਕੂਲ ਨੇੜੇ ਤਾਂ ਮਾਪੇ ਕਹਿੰਦੇ ਨੇ ਕਿ ਕੁੜੀਆਂ ਦਾ ਕਾਲਜ ਤੇ ਕੁੜੀਆਂ ਦਾ ਸਕੂਲ ਸਾਡੇ ਨੇੜੇ ਹੋਣਾ ਚਾਹੀਦਾ ਬਿਲਕੁਲ ਜੀ ਡਾਕਟਰ ਸਾਹਿਬ ਕੱਲ ਵੱਡੇ ਬਾਦਲ ਸਾਹਿਬ ਜਿਹੜੇ ਗਿੱਦੜਬਾਹਾ ਪਹੁੰਚੇ ਉੱਥੇ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਪਾਰਟੀ ਛੱਡਣ ਵਾਲੇ ਨੇ ਉਹ ਅਕਾਲੀ ਨਹੀਂ ਹੋ ਸਕਦੇ ਟਕਸਾਲੀ ਨਹੀਂ ਹੋ ਸਕਦੇ ਜੀ ਜੀ ਅਕਾਲੀ ਤਾਂ ਉਹ ਸਾਰਿਆਂ ਨੂੰ ਮੰਨਦੇ ਨੇ ਕੋਈ ਗੱਲ ਨਹੀਂ ਜੀ ਉਹ ਤਾਂ ਗੱਲ ਤਾਂ ਇਹ ਸੀ ਕਿ ਉਹਨਾਂ ਨੇ ਟਕਸਾਲੀਆਂ ਬਾਰੇ ਸਵਾਲ ਕੀਤਾ ਉਹਨਾਂ ਨੂੰ ਜੀ ਤੇ ਬਾਦਲ ਸਾਹਿਬ ਕਹਿਣ ਲੱਗੇ ਵੀ ਟਕਸਾਲੀ ਜਿਹੜੇ ਨੇ ਨਾ ਉਹ ਹੁੰਦੇ ਨੇ ਜਿਹੜੇ ਇੱਕੋ ਥਾਂ ਤੇ ਰਹਿਣ ਇੱਕ ਪਾਰਟੀ ਨਾ ਛੱਡਣ ਉਹਨਾਂ ਦੀ ਆਪਣੀ ਡੈਫੀਨੇਸ਼ਨ ਹੈ ਜੀ ਬਾਦਲ ਸਾਹਿਬ ਨੂੰ ਕੌਣ ਰੋਕ ਸਕਦਾ ਬਜ਼ੁਰਗ ਬੰਦੇ ਨੇ ਮੈਂ ਇੱਕ ਆਰਟੀਕਲ ਲਿਖਿਆ ਸੀ ਬਾਦਲ ਕੋਲ ਬੀਨ ਵੀ ਹੈ ਤੇ ਮੰਤਰ ਵੀ ਇਹ ਉਹ ਬੰਦਾ ਹੈ ਜਿਹਨੂੰ ਮੰਤਰ ਵੀ ਯਾਦ ਹੈ ਇਹ ਉਹ ਬੰਦਾ ਮੈਂ ਉੱਥੇ ਅਗਲੀ ਲਾਈਨ ਲਿਖੀ ਸੀ ਕਿ ਇਹ ਵੱਡੇ ਵੱਡੇ ਦਰਖਤ ਲਾ ਦਿੰਦਾ ਵੱਡੇ ਵੱਡੇ ਪੱਟ ਵੀ ਦਿੰਦਾ ਮਤਲਬ ਬੜਾ ਸਪਸ਼ਟ ਸੀ ਕਿ ਇਹਨੂੰ ਸਿਆਸਤ ਦਾ ਪਤਾ ਹੈ ਹੁਣ ਦੇਖੋ ਤੁਸੀਂ ਬ੍ਰਹਮਪੁਰਾ ਤੇ ਸਾਥੀਆਂ ਨੂੰ ਇਹਨੇ ਕਿਹਾ ਟਕਸਾਲੀ ਤਾਂ ਹੋ ਹੀ ਨਹੀਂ ਸਕਦੇ ਇਹ ਜੇ ਟਕਸਾਲੀ ਹੁੰਦੇ ਤਾਂ ਫਿਰ ਪਾਰਟੀ ਛੱਡ ਕੇ ਨਾ ਜਾਂਦੇ ਰਿਜੈਕਟ ਕਰਤਾ ਇਸੇ ਤਰੀਕੇ ਨਾਲ ਇਹਨਾਂ ਨੇ ਪਿਛਲੇ ਦਿਨ ਇੱਕ ਹੋਰ ਬਿਆਨ ਦਿੱਤਾ ਉਹ ਵੀ ਆਪਣੇ ਆਪ 'ਚ ਕਮਾਲ ਦਾ ਬਿਆਨ ਹੈ ਉਹ ਇਹ ਕਹਿੰਦੇ ਕਿ ਜਿਹੜੇ ਤੁਸੀਂ ਆਹ ਕੇਸਾਂ ਕੁਸਾਂ ਤੋਂ ਨਾ ਡਰੋ ਜਿਹੜਾ ਬੰਦਾ ਜਿਨ੍ਹਾਂ 'ਤੇ ਕੇਸ ਹੁੰਦੇ ਨੇ ਉਹ ਤਾਂ ਵੱਡਾ ਲੀਡਰ ਬਣਦਾ ਜੀ ਅਤੇ ਗੱਲ ਸਹੀ ਵੀ ਹੈ ਅਤੇ ਇਹ ਜਿੰਨੇ ਵੀ ਕੇਸਾਂ ਕੁਸਾਂ ਵਾਲੇ ਸੀ ਇਹਨਾਂ ਦੇ ਲੀਡਰ ਬਣਾਏ ਹੋਏ ਨੇ ਮਤਲਬ ਕੋਈ 10 ਨੰਬਰੀ ਹੈ ਕੋਈ ਕੁਛ ਹੈ ਉਹ ਮੰਤਰੀ ਤੱਕ ਬਣਾਤੇ ਇਹਨਾਂ ਨੇ ਜੀ ਕਿਉਂਕਿ ਇਹਨਾਂ ਨੂੰ ਪਤਾ ਸੀ ਸਿਆਸਤ 'ਚ ਇਹਨਾਂ ਦੀ ਬੜੀ ਲੋੜ ਹੋਣੀ ਹੈ ਔਰ ਫਿਰ ਇਹਨਾਂ ਨੂੰ ਇਹ ਵੀ ਪਤਾ ਹੈ ਕਿਹੜੇ ਬੰਦੇ ਨੂੰ ਕਿੰਨਾ ਚਿਰ ਨਾਲ ਰੱਖਣਾ ਅਤੇ ਕਦੋਂ ਉਹਨੂੰ ਕੱਢਣਾ ਅਤੇ ਹੁਣ ਉਹਨਾਂ ਨੇ ਟਕਸਾਲੀਆਂ 'ਤੇ ਅਟੈਕ ਕੀਤਾ ਔਰ ਸੱਚੀ ਗੱਲ ਤਾਂ ਇਹ ਹੈ ਸੁਖਬੀਰ ਸਿੰਘ ਬਾਦਲ ਕੋਲ ਉਹ ਮੰਤਰ ਹਾਲੇ ਨਹੀਂ ਆਇਆ ਜਾਂ ਮੰਤਰ ਦਿੱਤਾ ਨਹੀਂ ਉਹਨਾਂ ਨੇ ਜਾਂ ਮੰਤਰ ਉਹਨਾਂ ਨੇ ਲਿਆ ਨਹੀਂ ਜਿਹੜਾ ਮੰਤਰ ਵੱਡੇ ਬਾਦਲ ਕੋਲ ਹੈ ਬੜੇ ਆਰਾਮ ਜੇ ਨਾਲ ਉਹ ਲੋਕਾਂ ਨੂੰ ਵਿਰੋਧੀਆਂ ਨੂੰ ਜਿਹੜਾ ਹੈ ਪਛਾੜ ਦਿੰਦੇ ਨੇ ਔਰ ਕਈ ਵਾਰੀ ਤਾਂ ਪਹਿਲੇ ਦਾਅ 'ਚ ਹੀ ਉਹਨਾਂ ਦੀ ਢੂਈ ਲਵਾ ਦਿੰਦੇ ਨੇ ਇਹ ਗੱਲ ਮੰਨਣੀ ਪਊਗੀ ਇਹ ਬਜ਼ੁਰਗ ਸਿਆਸਤਦਾਨ ਬਾਰੇ ਜੀ ਡਾਕਟਰ ਸਾਹਿਬ ਲੜਕੀਆਂ ਨੂੰ ਵਿਦੇਸ਼ੀ ਦੱਸ ਕੇ ਅਮੀਰ ਲੜਕੀਆਂ ਦੇ ਨਾਲ ਵਿਆਹ ਕਰਵਾਉਣ ਵਾਲੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇਹ ਕੋਈ ਨਵੀਂ ਗੱਲ ਥੋੜ੍ਹੀ ਹੈ ਮਨਦੀਪ ਪਹਿਲਾਂ ਵੀ ਇਹੋ ਜਿਹਾ ਕੁਛ ਹੁੰਦਾ ਰਹਿੰਦਾ ਬਿਲਕੁਲ ਸਾਡੀਆਂ ਫਿਲਮਾਂ ਜਿਹੜੀਆਂ ਨੇ ਇਸ ਕਿਸਮ ਦੀਆਂ ਫਿਲਮਾਂ ਵੀ ਬਣੀਆਂ ਨੇ ਜੀ ਲੋਕਾਂ ਦੇ ਮਨਾਂ ਦੇ ਵਿੱਚ ਲਾਲਚ ਬੜਾ ਜੀ ਇੱਕ ਹੁਣ ਤਾਂ ਫਿਰ ਵੀ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਤਾਂ ਸਟੂਡੈਂਟ ਵੀਜ਼ੇ 'ਤੇ ਜ਼ਿਆਦਾ ਜਾਣ ਲੱਗ ਗਏ ਅੱਜ ਤੋਂ 30-35 ਸਾਲ 40 ਸਾਲ ਪਹਿਲਾਂ ਕੈਨੇਡਾ ਜਾਣ ਲਈ ਕੁੜੀ ਸਾਰਾ ਪਰਿਵਾਰ ਲਿਜਾ ਸਕਦੀ ਸੀ ਜੀ ਮਤਲਬ ਉਹਦੀ ਕੁੜੀ ਦੀ ਕੀਮਤ ਬਹੁਤ ਪੈਂਦੀ ਸੀ ਜਿਹੜੀ ਉੱਧਰੋਂ ਹੁੰਦੀ ਸੀ ਜੀ
ਤੇ ਉਹ ਉਸ ਵੇਲੇ ਸਾਡੇ ਨਾਲ ਪੜਦਾ ਇੱਕ ਬੰਦਾ ਠੱਗੀ ਦਾ ਸ਼ਿਕਾਰ ਹੋ ਗਿਆ ਸੀ ਜੀ ਬੜਾ ਉਹਨੇ ਬੁਲਾਏ ਵਿਆਹ ਹੋ ਗਿਆ ਜੀ ਉਦੋਂ ਬਾਅਦ ਪਤਾ ਉਦੋਂ ਲੱਗਿਆ ਜਦੋਂ ਕੁੜੀ ਸਾਰਾ ਕੁਛ ਲੈ ਕੇ ਇੱਥੇ ਫਿਰਦੇ ਰਹੇ ਕਸ਼ਮੀਰ ਦੇ ਵਾਦੀਆਂ 'ਚ ਘੁੰਮੇ ਜਿਹੜਾ ਕੁਛ ਬੰਦੇ ਕਰਦੇ ਨੇ ਉਹ ਕੁੜੀ ਨੇ ਕਰਕੇ ਠੱਗੀ ਮਾਰੀ ਅਤੇ ਚਲੇ ਗਈ ਮੁੜ ਕੇ ਬੰਦਾ ਨਮੋਸ਼ੀ ਨਾਲ ਮੂੰਹ ਦਿਖਾਉਣ ਜੋਗਾ ਨਹੀਂ ਸੀ ਇਹ ਵੀ ਐਂ ਹੋਇਆ ਇੱਕ ਨਹੀਂ ਦੋ ਹੋਇਆ ਇੱਕ ਬੀਬੀ ਹੈ ਜੀ ਪੁਰੇਵਾਲ ਉਹਨੂੰ ਹਿਸਾਬ ਆ ਗਿਆ ਉਹ ਥੋੜ੍ਹੀ ਜਿਹੀ ਦੇਖ ਵਾਲੀ ਕੁੜੀ ਫੜਦੀ ਹੈ ਉਹਨੂੰ ਕਹਿੰਦੀ ਹੈ ਕੈਨੇਡਾ ਤੋਂ ਆਈ ਹੈ ਚਾਹੇ ਫਰੀਦਕੋਟ ਇੱਕ ਕੇਸ ਫਰੀਦਕੋਟ ਦਾ ਹੋਇਆ ਇੱਕ ਜਲੰਧਰ ਦਾ ਹੋਇਆ ਕਈ ਹੋਏ ਨੇ ਉਹ ਫਿਰ ਦਿਖਾਉਂਦੀ ਹੈ ਨਕਲੀ ਪਾਸਪੋਰਟ ਵੀ ਉਦੋਂ ਵੀਜ਼ਾ ਵੀ ਲੱਗਿਆ ਹੁੰਦਾ ਵੀ ਇੰਨੀ ਤਰੀਕ ਤੱਕ ਭਾਈ ਵੀਜ਼ਾ ਤਾਂ ਚਲੇ ਜਾਣਾ ਅਤੇ ਫਿਰ ਉਹ ਲਾਲਚੀ ਬੰਦੇ ਫਸਦੇ ਨੇ ਫਿਰ ਉਹ ਹੁੱਬ ਹੁਬਾ ਕੇ ਵੀ ਇੰਨਾ ਪੈਸਾ ਕੈਸ਼ ਦੇ ਦਾਂਗੇ ਜੀ ਸਾਨੂੰ ਸਾਡੇ ਮੁੰਡੇ ਨੂੰ ਉੱਧਰ ਕਢਾ ਦਿਉ ਅਗਲਾ ਕਹਿੰਦਾ ਲਿਆਓ ਜੀ ਕੈਸ਼ ਲੈਂਦੇ ਨੇ ਕੱਢਣਾ ਕਢਾਉਣਾ ਕੀ ਆ ਉਹ ਗੁੜੀਆਂ ਵਿਚਾਰੀਆਂ ਆਪ ਨਹੀਂ ਬਾਰਡਰ ਟੱਪੀਆਂ ਅਤੇ ਜਦੋਂ ਇਹ ਕੁਛ ਹੋਇਆ ਅਤੇ ਅਲਟੀਮੇਟਲੀ ਇੱਕ ਦੋ ਤਿੰਨ ਚਾਰ ਕਦੇ ਤਾਂ ਫਸਣੇ ਹੁੰਦੇ ਅਤੇ ਹੁਣ ਫਸ ਗਏ ਮੈਂ ਪਹਿਲਾਂ ਵੀ ਕਿਹਾ ਇਸ ਕਿਸਮ ਦੀਆਂ ਪੰਜਾਬੀ 'ਚ ਵੀ ਫਿਲਮਾਂ ਬਣੀਆਂ ਨੇ ਹਿੰਦੀ 'ਚ ਵੀ ਬਣੀਆਂ ਨੇ ਇਹ ਜਿਹੜਾ ਫਿਲਮ ਉਹੀ ਬਣਦੀ ਹੈ ਜਿਹੜਾ ਸਾਡੇ ਸਮਾਜ 'ਚ ਵਾਪਰ ਰਿਹਾ ਸਾਨੂੰ ਜਿਹੜਾ ਲਾਲਚ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਕੰਮ ਅਸੀਂ ਕਰਦੇ ਹਾਂ ਉਦੋਂ ਸਾਨੂੰ ਬਚਣ ਦੀ ਲੋੜ ਹੁੰਦੀ ਹੈ ਬਾਅਦ 'ਚ ਅਸੀਂ ਉਦੋਂ ਹੀ ਸਕਦੇ ਹੁੰਦੇ ਹਾਂ ਜਦੋਂ ਅਸੀਂ ਇਸ ਗੱਲ ਨੂੰ ਦੇਖ ਕੇ ਚੱਲੀਏ ਕਿ ਇਹਦੇ ਨਾਲ ਸਾਨੂੰ ਵੱਡਾ ਨੁਕਸਾਨ ਹੋ ਸਕਦਾ ਐਸੀ ਗੱਲ ਨਾ ਕਰੀਏ ਜੀ ਡਾਕਟਰ ਸਾਹਿਬ ਪੰਜਾਬ ਦੇ ਵਿੱਚੋਂ ਡੇਰਾ ਸਿਰਸਾ ਦੇ ਪੈਰ ਜਿਹੜੇ ਨੇ ਵੱਡੇ ਪੱਧਰ ਤੇ ਉਖੜੇ ਨੇ ਦੇਖੋ ਜੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਪੈਰ ਲੱਗੇ ਸੀ ਇਹ ਵੀ ਤਾਂ ਦੇਖਣ ਵਾਲੀ ਗੱਲ ਹੈ ਨਾ ਡੇਰਾ ਸਿਰਸਾ ਦੇ ਵਿੱਚ ਜੇ ਤੁਸੀਂ ਜਾ ਕੇ ਦੇਖੋ ਮਤਲਬ ਉਹ ਤਾਂ ਇੱਕ ਵੱਖਰੀ ਦੁਨੀਆ ਉਹਨੇ ਵਸਾਈ ਹੋਈ ਸੀ ਸਿਰਸੇ ਦੇ ਵਿੱਚ ਔਰ ਉੱਥੇ ਜਿਹੜਾ ਹੈ ਹਰ ਚੀਜ਼ ਮਾਰਕੀਟ ਉਹਨਾਂ ਦੀ ਕਰੰਸੀ ਵੀ ਆਪਦੀ ਸੀ ਜਿਹੜੀ ਉੱਥੇ ਚੱਲਦੀ ਸੀ ਉਹ ਕਰੰਸੀ ਵੀ ਆਪਦੀ ਚੱਲਦੀ ਸੀ ਜਿਹੜੀ ਉਹ ਨਵੇਂ ਡੇਰੇ ਦੀ ਕੰਟੀਨ ਬਾਹਰਲੀ ਕੰਟੀਨ ਦੋ ਤਿੰਨ ਸੇ ਸਾਰਾ ਕੁਛ ਪੈਰ ਵੀ ਤਾਂ ਇਹੀ ਲੱਗੇ ਸੀ ਔਰ ਜਿੱਥੇ ਬਾਬਾ ਹੱਥ ਧਰ ਦਿੰਦਾ ਸੀ ਉਹ ਅੰਗੂਰਾਂ ਦੀ ਟੋਕਰੀ ਲੱਖਾਂ 'ਚ ਵਿਕਦੀ ਸੀ ਔਰ ਭਗਤਾਂ ਦੇ ਬੱਚਿਆਂ ਲਈ ਸਕੂਲ ਕਾਲਜ ਉੱਥੇ ਖੁੱਲ੍ਹੇ ਹੋਏ ਹਰ ਚੀਜ਼ ਉੱਥੇ ਇੱਕ ਰੈਸਟੋਰੈਂਟ ਹੈ ਜਿਹੜਾ ਘੁੰਮਦਾ ਜਿਹੜਾ ਜਿਹੜਾ ਰਿਵੋਲਿੰਗ ਰੈਸਟੋਰੈਂਟ ਹੈ ਉਹਦੀ ਚਾਰ ਫਲੋਰ ਨੇ ਜੇ ਤੁਸੀਂ ਇੱਕ ਦਿਨ ਵੀ ਉਹਨਾਂ ਦੇ ਗੈਸਟ ਹਾਊਸ 'ਚ ਰਹਿ ਗਏ ਤਾਂ ਤੁਹਾਨੂੰ ਜਿਹੜਾ ਬ੍ਰੇਕਫਾਸਟ ਹੈ ਉਹ ਉੱਪਰਲੇ ਮੰਜ਼ਿਲ 'ਤੇ ਹੋਊਗਾ ਘੁੰਮਦੀ ਮੰਜ਼ਿਲ 'ਤੇ ਲੰਚ ਫਿਰ ਥੱਲੜੀ ਮੰਜ਼ਿਲ 'ਤੇ ਫਿਰ ਬੇਸਮੈਂਟ 'ਤੇ ਚਲੇ ਜਾਓਗੇ ਬੜਾ ਕੁਛ ਉੱਥੇ ਇਹੋ ਜਿਹਾ ਹੋਇਆ ਜਿਸ ਕਿਸਮ ਦੀ ਦੁਨੀਆ ਉਹਨੇ ਬਣਾਈ ਸੀ ਉਹ ਵੀ ਤਾਂ ਆਪਣੇ ਆਪ 'ਚ ਕਮਾਲ ਸੀ ਅਤੇ ਹੁਣ ਉਹ ਪੈਰ ਔਖਣ ਵਾਲੀ ਗੱਲ ਇਹ ਹੈ ਕਿ ਹੁਣ ਉਹ ਆਪ ਤਾਂ ਸਰਾਰੀ ਜੇਲ੍ਹ ਦੀ ਹਵਾ ਖਾ ਰਿਹਾ ਰੋਹਤਕ ਦੀ ਅਤੇ ਪਿੱਛੋਂ ਉਹਨੇ ਕੋਈ ਬੰਦਾ ਨਹੀਂ ਜਿਹੜਾ ਬਣਾਇਆ ਜਿਹੜੀ ਬੀਬੀ ਨੂੰ ਤਿਆਰ ਕੀਤਾ ਉਹ ਅੰਬਾਲਾ ਜੇਲ੍ਹ 'ਚ ਬੈਠੀ ਹੈ ਮਣੀਪ੍ਰੀਤ ਤੀਜੀ ਭੱਜੀ ਹੋਈ ਹੈ ਇਨਸਾਨ ਵੀ ਭੱਜਿਆ ਹੋਇਆ ਜਿਹੜਾ ਆਦਿਤਯ ਇਨਸਾਨ ਕੌਣ ਦੇਖੇ ਇਹ ਵੀ ਤਾਂ ਨਾ ਪਿੱਛੋਂ ਕੌਣ ਦੇਖੇ ਘਰ 'ਚ ਕਲੇਸ਼ ਪਹਿਲਾਂ ਕੁਝ ਦੇਖਦੇ ਹਾਂ ਅਸੀਂ ਤਾਂ ਇਹ ਸਾਰੇ ਦੇ ਪਿੱਛੇ ਫਿਰ ਜਿਹੜੇ ਲੋਕ ਸੀ ਜਦੋਂ ਇਹ ਮੂਵਮੈਂਟ ਚੱਲੀ ਜਦੋਂ ਉੱਥੇ ਇਲਜ਼ਾਮ ਲੱਗੇ ਇੱਕ ਨਹੀਂ ਦੋ ਨਹੀਂ ਕਈ ਕੇਸਾਂ 'ਚ ਫਸ ਗਿਆ ਅਤੇ ਫਿਰ ਹੌਲੀ ਹੌਲੀ ਜਿਹੜੇ ਲੋਕ ਸੀ ਜਿਹੜੇ ਲੋਕ ਇੱਧਰੋਂ ਉੱਧਰ ਜਾ ਸਕਦੇ ਨੇ ਤੁਸੀਂ ਸਿੰਪਲ ਗੱਲ ਇਹ ਜਿਹੜਾ ਬੰਦਾ ਕਿੰਨਾ ਕੁ ਪੱਕਾ ਸਿੱਖ ਹੈ ਜਿਹੜਾ ਜਦੋਂ ਅਸੀਂ ਕਹਿੰਦੇ ਵੀ ਇਹ ਏਰੀਏ 'ਚ ਬੜੇ ਮੁਸਲਮਾਨ ਨੇ ਮੈਂ ਉਹ ਕਹਿੰਦਾ ਵੀ ਇਹ ਕੱਚੇ ਹਿੰਦੂ ਸੀ ਮੈਂ ਮਰੇ ਕੋਲੇ ਪੜ੍ਹੇ ਉੱਥੋਂ ਦੀ ਜਿਹੜੀ ਖਾਨ ਫੈਮਿਲੀ ਹੈ ਪੰਜ ਸੱਤ ਨੇ ਜਿਹੜੇ ਬਾਹਰੋਂ ਆਏ ਸੀ ਬਾਕੀ ਜਿਹੜੇ ਨੇ ਉਹ ਕੌਣ ਕਿੱਥੋਂ ਆ ਗਏ ਮੁਸਲਮਾਨ ਉਹ ਕਨਵਰਟਡ ਮੁਸਲਮਾਨ ਨੇ ਤਾਂ ਕਨਵਰਟਡ ਜਿਹੜੇ ਪ੍ਰੇਮੀ ਨੇ ਉਹਨਾਂ 'ਚੋਂ ਬਹੁਤ ਸਾਰੇ ਪ੍ਰੇਮੀ ਵਾਪਸ ਵੀ ਆ ਗਏ ਤਾਂ ਇਹ ਜਿਹੜਾ ਪੈਰ ਔਖਣ ਨੇ ਸੁਭਾਵਿਕ ਸੀ ਔਰ ਜਿਹੜਾ ਹੁਣ ਤਾਂ ਉਹਨਾਂ ਕੋਲ ਪੋਲੀਟੀਕਲ ਜਿਹੜਾ ਵਿੰਗ ਹੈ ਉਹਦੇ ਕੋਲ ਵੀ ਹੁਣ ਉਨੀ ਪਾਵਰ ਨਹੀਂ ਹੁਣ ਤਾਂ ਸੁਨੀਲ ਜਾਖੜ ਨੇ ਵੀ ਕਹਿਤਾ ਕਿ ਸਾਨੂੰ ਡੇਰੇ ਡੂਰੇ ਜਾਣ ਦੀ ਲੋੜ ਨਹੀਂ ਅਸੀਂ ਨਹੀਂ ਡੇਰੇ ਤੋਂ ਵੋਟਾਂ ਮੰਗਣੀਆਂ ਅਤੇ ਹੁਣ ਲੋਕ ਡੇਰੇ ਤੋਂ ਸਿਆਸੀ ਲੋਕ ਵੀ ਕਿਨਾਰਾ ਕਰਨ ਲੱਗ ਕੇ ਪੈਰ ਤਾਂ ਔਖਣ ਨਹੀਂ ਸੀ ਜੀ ਡਾਕਟਰ ਸਾਹਿਬ ਹੁਣ ਸਮਾਂ ਹੋ ਗਿਆ ਜੀ ਹੁਣ ਅਸੀਂ ਆਪਣੇ ਦਰਸ਼ਕਾਂ ਤੋਂ ਇਜਾਜ਼ਤ ਲੈਂਦੇ ਹਾਂ ਧੰਨਵਾਦ ਆਪ ਜੀ ਦਾ ਵੀ ਧੰਨਵਾਦ ਦਰਸ਼ਕਾਂ ਦਾ ਸ਼ੋਅ ਦੇਖਣ ਦੇ ਲਈ ਹੁਣ ਸਾਨੂੰ ਦਿਓ ਆ ਗਿਆ ਸਤਿ ਸ਼੍ਰੀ ਅਕਾਲ ਜੀ